ਪੰਜਾਬ ਪੰਜਾਬ ਇਸ ਵਕਤ ਕਹਿੰਦੇ ਆਰਥਿਕ ਮਦਹਾਲੀ ਚੋਂ ਲੰਘ ਰਿਹਾ ਹੈ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ ਸਰ ਕਰਜ਼ੇ ਦੀ ਪੰਡ 3 ਲੱਖ ਕਰੋੜ ਤੋਂ ਪਾਰ ਜਾ ਚੁੱਕੀ ਹੈ ਸੋ ਜਿੱਥੇ ਇਹ ਸਵਾਲ ਖੜੇ ਨੇ ਕਿ ਪੰਜਾਬ ਦਾ ਕਰਜ਼ਾ ਵੱਧ ਕਿਉਂ ਰਿਹਾ ਹੈ ਲਗਾਤਾਰ ਉਹਦਾ ਭਾਰ ਕਿਉਂ ਵੱਧ ਰਿਹਾ ਉਥੇ ਤਾਜੀ ਸਰਕਾਰ ਜਿਹੜੀ ਬਦਲਾ ਦੇ ਹਵਾਲੇ ਨਾਲ ਆਉਂਦੀ ਹੈ ਉਹ ਸਰਕਾਰ ਦੇ ਵੀ 7 ਮਹੀਨਿਆਂ ਦੇ ਵਿੱਚ ਜਿਹੜਾ ਕਰਜ਼ਾ ਹੈ ਉਹ ਲਗਾਤਾਰ ਔਸਤਨ 2000 ਕਰੋੜ ਤੋਂ ਮਹੀਨੇ ਦੇ ਹਿਸਾਬ ਨਾਲ ਲਗਭਗ 13000 ਕਰੋੜ ਤੋਂ ਪਾਰ ਚਲਾ ਜਾਂਦਾ ਤੇ ਇੱਕ ਪਾਸੇ ਉਹ ਕਰਜ਼ਾ ਜਿਹੜਾ ਲਗਾਤਾਰ ਲਿਆ ਜਾਂਦਾ ਦੂਸਰੇ ਪਾਸੇ ਹੁਣ ਇੱਕ ਕੇਂਦਰੀ ਰਿਪੋਰਟ ਵੀ ਹਵਾਲਾ ਪਰਦੀ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਜਾਇਦਾਦਾਂ ਪੰਜਾਬ ਦੀਆਂ ਗਹਿਣੇ ਰੱਖ ਕੇ ਜਾਂ ਪੰਜਾਬ ਨੂੰ ਗਹਿਣੇ ਰੱਖ ਕੇ 3000 ਕਰੋੜ ਦਾ ਕਰਜ਼ਾ ਪੰਜਾਬ ਨੇ ਲਿਆ ਸੋ ਇਸ ਹਵਾਲੇ ਨਾਲ ਜਿੱਥੇ ਸਵਾਲ ਖੜੀ ਆ ਉੱਥੇ ਇੱਕ ਇਸ ਦੌਰ ਦੇ ਵਿੱਚ ਜਦੋਂ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਆ ਪੰਜਾਬ ਨੂੰ ਇੱਕ ਇਨਕਲਾਬੀ ਵਿੱਤ ਮੰਤਰੀ ਮਿਲਦਾ ਤੇ ਉਹ ਇਨਕਲਾਬੀ ਵਿੱਤ ਮੰਤਰੀ ਸ਼ੇਰੋ ਸ਼ੇਰੀ ਨਾਲ ਤਾਂ ਬਹੁਤ ਹੀ ਇлле ਵਸੀਲੇ ਕਰਨ ਦੇ ਦਾਅਵੇ ਕਰਦਾ ਪਰ ਉਹਦੇ ਦੌਰ ਦੇ ਵਿੱਚ ਵੀ ਕਰਜ਼ੇ ਦੀ ਪੰਡ ਭਾਦੀ ਹੋ ਜਾਂਦੀ ਹੈ ਤੇ ਪੰਜਾਬ ਦੀਆਂ ਜਾਇਦਾਦਾਂ ਗਹਿਣੇ ਹੁੰਦੀਆਂ ਜਾਂਦੀਆਂ ਨੇ ਤੇ ਹੁਣ ਇਨਕਲਾਬੀ ਸਰਕਾਰ ਹੈ ਤੇ ਉਸ ਦੇ ਦੌਰ ਦੇ ਵਿੱਚ ਵੀ GST ਦੀ ਆਮਦਨ ਵੀ ਘਟਦੀ ਹੈ ਸਾਡੀ ਪੈਟਰੋਲੀਅਮ ਪਦਾਰਥ ਦੀ ਆਮਦਨ ਵੀ ਘਟਦੀ ਹੈ ਕੇਂਦਰ ਵੱਲੋਂ ਰਾਹਤ ਮਿਲਣ ਤੇ ਵੀ ਰੋਕ ਲੱਗਦੀ ਹੈ ਤੇ ਇਹ ਸਾਰੇ ਪਹਿਲੂਆਂ ਦੇ ਵਿੱਚ ਅੱਜ ਅਸੀਂ ਇਸੇ ਪਹਿਲੂ ਤੇ ਵਿਚਾਰ ਕਰਨ ਦੀ ਖਤਰ ਹੋਇਆ ਕਿ ਭਾਈ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਵੱਧਾ ਜਾ ਰਿਹਾ ਉਹਦੇ ਕਾਰਨ ਕੀ ਨੇ ਤੇ ਇਸ ਤੋਂ ਮੁਕਤੀ ਮਿਲਣ ਦਾ ਰਾਹ ਕੀ ਹੈ ਇਸ ਪਹਿਲੂ ਤੇ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਮੇਰੇ ਨਾਲ ਦੋ ਸੀਨੀਅਰ ਪੱਤਰਕਾਰ ਹਮੀਰ ਸਿੰਘ ਭਾਜੀ ਤੇ ਸਰਜੀ ਧਾਲੀਵਾਲ ਭਾਜੀ ਹਾਜ਼ਰ ਨੇ ਸੋ ਭਾਜੀ ਪੰਜਾਬ ਟੀਵੀਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧਾਲੀਆ ਸਾਹਿਬ ਮੈਂ ਤੋਂ ਹੱਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਨਾ ਕਿ ਜਿਹੜਾ ਆ ਲਗਾਤਾਰ ਪਿਛਲਾ ਅਸੀਂ ਕਰਜ਼ਾ ਦੇਖਦੇ ਆ ਕਿ ਜੀ ਸਰਕਾਰ ਬਦਲਦੀ ਗਈ ਪਰ ਪੰਜਾਬ ਦੇ ਸਰ ਕਰਜ਼ਾ ਵੱਧਦਾ ਗਿਆ ਤੇ ਅਯੋਕੇ ਦੌਰ ਦੇ ਵਿੱਚ ਅੱਜ ਦੇਖਦੇ ਆ ਕਹਿੰਦੇ ਜੀ ਆ ਪਿਛਲੇ 2 ਸਾਲਾਂ ਦੇ ਵਿੱਚ ਵੀ ਆ ਹਾਲਾ ਕਿ 3000 ਕਰੋੜ ਦਾ ਕਰਜ਼ਾ ਜਾਇਦਾਦਾਂ ਦੇ ਬਦਲੇ ਵੀ ਲੈ ਲਿਆ ਪਰ ਜਿਹੜੀ ਆ ਇੱਕ ਗਹਿਣੇ ਤਰਨ ਦੀ ਰਵਾਇਤ ਪਈ ਆ ਪੰਜਾਬ ਚ ਉਹ ਤੇ ਦੂਸਰਾ ਜਿਹੜੀ ਸਾਡੀ ਆਮਦਨ ਘਟਦੀ ਜਾ ਰਹੀ ਆ ਸਰੋਤਾਂ ਤੋਂ ਜਿਹੜੀ ਕਹਿੰਦੇ ਸੀ ਦੁੱਗਣੀ ਹੋ ਜੂਗੀ ਉਹ ਤੇ ਮੈਂ ਤਾਜ਼ੇ ਮਾਮਲੇ ਨੂੰ ਜਾਣ ਕੇ ਸਮਝਦਾ ਕਿ ਕੀ ਕਾਰਨ ਹੈ ਹੁਣ ਲੋੜੀ ਸਰਕਾਰ ਵੀ ਸਾਡੇ ਕਰਜ਼ੇ ਦੇ ਬੋਝ ਨੂੰ ਘਟਾ ਨਹੀਂ ਸਕੀ ਨਾ ਆਮਦਨ ਵਧਾ ਸਕੀ ਦੇਖੋ ਕਾਰਨ ਇਹ ਹੈ ਕਿ ਸਰਕਾਰ ਦਾ ਆਮਦਨ ਵਧਾਉਣ ਵਾਲੇ ਪਾਸੇ ਜਿਹੜਾ ਧਿਆਨ ਹੀ ਕੋਈ ਨਹੀਂ ਹੈਗਾ ਉਹਦੇ ਕਈ ਕਾਰਨ ਸਰਕਾਰ ਦੀ ਜਿਹੜੀ ਮਸ਼ਰੂਫੀਅਤ ਆ ਉਹ ਹੋਰ ਥਾਵਾਂ ਤੇ ਜ਼ਿਆਦੇ ਆ ਅਸਲ ਵਿੱਚ ਨੈਸ਼ਨਲ ਅਮਿਸ਼ਨ ਵੱਡੇ ਹੋ ਗਏ ਨੇ ਕੇਜਰੀਵਾਲ ਦੇ ਅੰਬਿਸ਼ਨਾਂ ਜਿਹੜੇ ਹੈਗੇ ਨੇ ਜਣਾ ਉਹਦੀ ਜਿਹੜੀਆਂ ਉਹਦੀਆਂ ਇਛਾਵਾਂ ਹੈਗੀਆਂ ਉਹਦੀ ਪੂਰਤੀ ਲਈ ਪੰਜਾਬ ਸਰਕਾਰ ਵੀ ਵਿਚੀ ਲਿਫਟ ਗਈ ਆ ਉਹਦੇ ਹੁਣ ਸਾਡੀ ਸਰਕਾਰ ਗੁਜਰਾਤ ਬੈਠੀ ਰਹੀ ਹੈ ਇਨਾਂ ਚ ਸਮਾ ਸੰਕਟ ਦਾ ਹੈਗਾ ਕਿਸਾਨੀ ਸੰਕਟ ਚ ਗੁਜ਼ਰੀ ਹੈ ਪੰਜਾਬ ਦੀ ਆਰਥਿਕਾ ਸੰਕਟੇ ਗੁਜ਼ਰੀ ਹੈ ਸਮਾ ਸੀ ਪੰਜਾਬ ਚ ਬਤਾਉਣ ਦਾ ਪੰਜਾਬ ਦੀ ਆਰਥਿਕ ਨੂੰ ਟਿਕਣ ਵਾਸਤੇ ਕੀ ਹਤਾ ਜਾ ਰਿਹਾ ਇਸ ਜਿਹੜਾ ਕੇਜਰੀਵਾਲ ਉਹ ਸਾਰੀਆਂ ਜਿਹੜੀਆਂ ਵੀ ਬਿਮਾਰੀਆਂ ਦਾ ਇਲਾਜ ਇਕੱਲੇ ਕੇਜਰੀਵਾਲ ਹੀ ਹੈ ਦੇਸ਼ ਵਿੱਚ ਉਹ ਆਰਥਿਕਤਾ ਵੀ ਠੀਕ ਕਰਨਦਾ ਹੈ ਉਹ ਸਕੂਲ ਵੀ ਠੀਕ ਕਰਨਦਾ ਹੈ ਉਹ ਕੋਲ ਆਪਣਾ ਹੈਲਥ ਡਿਪਾਰਟਮੈਂਟ ਵੀ ਠੀਕ ਕਰ ਦੇਗਾ ਉਹ ਦੂਸਰੀਆਂ ਵਿਸਥਾਵਾਂ ਜਿਹੜੀ ਵਿਵਸਥਾ ਹੈਗੀ ਉਹਨਾਂ ਨੂੰ ਵੀ ਠੀਕ ਕਰ ਦੇਗਾ ਪਰ ਹੋਰ ਹੈ ਉਲਟ ਪੰਜਾਬ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਪੰਜਾਬ ਦੀ ਆਰਥਿਕਤਾ ਡਾਮਾ ਡੋਰ ਹੁੰਦੀ ਜਾ ਰਹੀ ਹੈ ਜੇ ਤਾਜ਼ਾ ਅੰਕੜੇ ਦੇਖੇ ਜਾਣ ਤਾਂ ਜੀਐਸਟੀ ਤੋਂ ਤੁਸੀਂ ਲਾ ਲਓ ਸਾਹਿਬ ਕਿ ਜੀਐਸਟੀ ਤੋਂ ਇਸ ਵਾਰ 10% ਜਿਹੜੀ ਹੈਗੀ ਹੈ ਆਮਦਨ ਡਾਊਨ ਚਲੀ ਗਈ ਹੈ ਪ੍ਰਤੀ ਮਾਜ ਨੂੰ ਆਪਾਂ ਹਰ ਮਹੀਨੇ ਆਂਕੜੇ ਗਵਰਨਮੈਂਟ ਆਫ ਇੰਡੀਆ ਰਿਲੀਜ਼ ਕਰਦੀ ਹੈ ਜਦੋਂ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਸਾਡੀ ਜਿਹੜੀ ਆਮਦਨ ਵਿੱਚ ਲਗਾਤਾਰ ਜੀਐਸਟੀ ਤੋਂ ਵਾਧਾ ਹੋ ਰਿਹਾ ਹੈ ਇੱਕ ਸਟੇਜ ਸੀ ਜਦੋਂ ਕਿ ਸਾਡੀ ਜੀਐਸਟੀ ਤੋਂ ਆਮਦਨ 92000 ਕਰੋੜ ਤੇ 98000 ਕਰੋੜ ਦੇ ਆਸ-ਪਾਸ ਘੁੰਮੀ ਸਾਰੇ ਦੇਸ਼ ਦੀ ਓਵਰਆਲ ਪਰ ਹੁਣ 1.40 ਹਜ਼ਾਰ ਕਰੋੜ 1.45 ਹਜ਼ਾਰ ਕਰੋੜ 1.50 ਹਜ਼ਾਰ ਕਰੋੜ ਤੱਕ ਵੀ ਇੱਕ ਵਾਰ ਉੱਪਰ ਗਈ ਤੇ 1.44 ਹਜ਼ਾਰ ਕਰੋੜ ਆ ਗਿਆ ਪਰ ਉਸ ਲਈ ਉਲਟ ਪੰਜਾਬ ਉਹਨਾਂ ਸਟੇਟਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਆਮਦਨ ਕੱਟੀ ਹੈ ਬਾਕੀ ਸਟੇਟਾਂ ਜਿਹੜੀਆਂ ਛੋਟੀਆਂ-ਛੋਟੀਆਂ ਸਟੇਟਾਂ ਹਨ ਪਰ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਸਟੇਟ ਹੋਇਆ ਹੈ ਪੰਜਾਬ ਹੈ ਜਿੱਥੇ ਕਿ ਕੰਜ਼ਿਊਮਰਿਜ਼ਮ ਸਭ ਤੋਂ ਜ਼ਿਆਦਾ ਭਾਰੂ ਹੈ ਜਿਹੜੀ ਪਰ ਕੈਪਟਾ ਐਕਸਪੈਂਡੀਚ ਹੈ ਅਸੀਂ ਸਭ ਤੋਂ ਤਕਰੀਬਨ ਉਹਨਾਂ ਸਟੇਟਾਂ ਚੋਂ ਨੇ ਆ ਜਿਹੜੀਆਂ ਕਿ ਸਭ ਤੋਂ ਅੱਗੇ ਨੇ ਫਰੀਦਕੁਰ ਪਰ ਕਟਿੰਗ ਐਕਸਪੈਂਡੀਚ ਤੋਂ ਕਪੜੇ ਪਾਉਣੇ ਖਰੀਦਣੇ ਨੇ ਕਾਰਾਂ ਲੈਣੀਆਂ ਨੇ ਕੋਈ ਆਪਾਂ ਹੋਰ ਸਮਾਨ ਲੈਣੇ ਨੇ ਘਰ ਦੀਆਂ ਚੀਜ਼ਾਂ ਵਸਤਾਂ ਲੈਣੀਆਂ ਨੇ ਉਹ ਚ ਅਸੀਂ ਪਰ ਜਿਹੜਾ ਕੈਪੀਟਲ ਐਕਸਪੈਂਡੀਚ ਆ ਰਿਹਾ ਅਸੀਂ ਫਰੰਟ ਲਾਈਨ ਸਪੇਟਾ ਵਿੱਚ ਆਉਂਦੇ ਆ ਉੱਥੇ ਦੇ ਜੀਐਸਟੀ ਘਟਦਾ ਹੈ ਉਹ ਸਮੇਂ ਜੀਐਸਟੀ ਘਟਦਾ ਜਦੋਂ ਕਿ ਫੈਸਟੀਵਲ ਸੀਜ਼ਨ ਹੈ ਅਕਤੂਬਰ ਤੋਂ ਨਵੰਬਰ ਮਹੀਨਿਆਂ ਸੀ 1 ਅਕਤੂਬਰ ਨਵੰਬਰ ਦਾ ਮਹੀਨਾ ਦਸੰਬਰ ਤੱਕ ਦਾ ਜਿਹੜਾ ਇਹ ਫੈਸਟੀਵਲ ਸੀਜ਼ਨ ਕਿਹਾ ਜਾਂਦਾ ਹੈ ਕਿਉਂਕਿ ਦਸਹਿਰਾ ਦੀਵਾਲੀ ਹੋਰ ਤਿਹਾੜ ਜਿਹੜੇ ਸ਼ੁਰੂ ਹੋ ਜਾਂਦੇ ਨੇ ਐਨ ਆਰ ਆਈ ਵੀ ਇਹਨਾਂ ਦਿਨਾਂ 'ਚ ਵਾਪਸ ਆਉਂਦੇ ਨੇ ਇਹਨਾਂ ਦਿਨਾਂ ਐਨ ਆਰ ਆਈ ਵਾਪਸ ਆਉਂਦੇ ਨੇ ਖਰੀਦੋ ਫਰੋਖਤ ਆਮ ਦਿਨਾਂ ਨਾਲੋਂ ਜ਼ਿਆਦਾ ਹੁੰਦੀ ਹੈ ਫਰੋਖਤ ਦੀਵਾਲੀ ਦੇ ਹਿਸਾਬ ਨਾਲ ਲਾ ਲਓ ਤੁਸੀਂ ਆਪਣਾ ਦਸਹਿਰੇ ਦਾ ਹਿਸਾਬ ਨਾਲ ਜਦੋਂ ਅਸੀਂ ਕਿਉਂਕਿ ਅਸੀਂ ਬੜੇ ਗੱਜ-ਵੱਜ ਕੇ ਸਾਡੇ ਲੋਕ ਇਹਨਾਂ ਨੂੰ ਮਨਾਉਂਦੇ ਨੇ ਅੱਛਾ ਤੋਰਾ ਫੇਰਾ ਵੀ ਇਹਨਾਂ ਦਿਨਾਂ ਚ ਬੜਾ ਜ਼ਿਆਦਾ ਹੁੰਦਾ ਹੈ ਬੱਚਿਆਂ ਨੂੰ ਵਿਆਹ ਵੀ ਹੁੰਦੇ ਨੇ ਵਿਆਹ ਵੀ ਹੁੰਦੇ ਨੇ ਵਿਆਹ ਦਾ ਸੀਜ਼ਨ ਹੈਗਾ ਉਹ ਹਰ ਪੱਖ ਤੋਂ ਜਿਹੜਾ ਇਹ ਸੀਜ਼ਨ ਹੈ ਇਹਨਾਂ ਵੀ ਨਾਟ ਜੇ ਕੀ ਇਹਦਾ ਸਾਡੀ ਜਿਸਟ ਤੋਂ ਆਮਦਨ ਘਟੀ ਹੈ ਤਾਂ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ ਜਿਹੜੇ ਦਾਅਵੇ ਆਪਣੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਰਪਾਲ ਸਿੰਘ ਕੀਮਾ ਕਰ ਰਹੇ ਨੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਪਣੇ ਦਾਅਵਿਆਂ ਨੂੰ ਰਿਵਾਈਜ਼ ਕਰਨਾ ਚਾਹੀਦਾ ਹੈ ਉਹਨਾਂ ਦੀ ਅਸਲੀਅਤ ਜਿਹੜੀ ਅੰਕੜੇ ਤੇ ਤਸਵੀਰ ਦੱਸਦੇ ਨੇ ਉਹਨਾਂ ਵੱਲ ਝਾਤ ਮਾਰਨੀ ਚਾਹੀਦੀ ਹੈ ਜਿਹੜੇ ਅਕਤੂਬਰ ਦੇ ਅੰਕੜੇ ਹੈਗੇ ਨੇ ਨਵੰਬਰ ਦੇ ਅੰਕੜੇ ਹੈਗੇ ਨੇ ਜਾਂ ਉਸ ਤੋਂ ਪਹਿਲੇ ਮਹੀਨੇ ਦੇ ਅੱਜ ਕੱਲ ਸਿਸਟਮ ਹੋਰ ਹੈ ਅੱਜ ਕੱਲ ਤੁਸੀਂ ਰਾਤ ਨੂੰ ਜੇ ਫਰਕ ਕਰੋ ਵੀ 30 ਨਵੰਬਰ ਨੂੰ ਮਹੀਨਾ ਖਤਮ ਹੋਇਆ ਰਾਤ ਦੇ 12 ਵਜੇ ਤੁਸੀਂ 12 ਵਜੇ 1 ਮਿੰਟ ਤੇ ਉਸ ਮਹੀਨੇ ਦਾ ਪੂਰਾ ਹਿਸਾਬ ਕਿਤਾਬ ਤੁਸੀਂ ਇੱਕ ਚਿੱਟਕ ਟੂਮੰਡੀ ਚੈੱਕ ਕਰ ਸਕਦੇ ਤੁਹਾਨੂੰ ਬਣੀ ਬਣਾਈ ਤਿਆਰ ਹੋਈ ਸਭ ਕੁਝ ਕਿੰਨਾ ਐਕਸਪੈਂਡੀਚਰ ਹੋਇਆ ਕਿਹੜੀਆਂ ਰਿਪੋਰਟ ਆ ਜਾਂਦੀ ਹੈ ਕਿਉਂਕਿ ਸਾਰਾ ਸਾਰਸੀ ਆਨਲਾਈਨ ਸਾਰਾ ਜਿਹੜੇ ਸਾਰੇ ਖਜ਼ਾਨੇ ਨੇ ਟ੍ਰੈਜ਼ਰੀ ਰਹਿਗੀਆਂ ਉਹ ਸਿਸਟਮ ਬਣਾਇਆ ਹੋਇਆ ਜੋੜਿਆ ਹੋਇਆ ਉਹਦੇ ਚ ਹਰ ਇੱਕ ਚੀਜ਼ ਦਾ ਹਿਸਾਬ ਉੱਤਮ ਹੈ ਸੋ ਇਸ ਕਰਕੇ ਹੁਣ ਤੁਸੀਂ ਅੰਕੜੇ ਛਪਾ ਨਹੀਂ ਸਕਦੇ ਜਾਂ ਤੁਸੀਂ ਇਹ ਵੀ ਕਹਿ ਸਕਦੇ ਜੀ ਫਿਰ ਅੰਕੜੇ ਆਉਣੇ ਆ ਜੀ ਇਕੱਠੇ ਕਰਿਆ ਨਹੀਂ ਫਲਾਣ ਡਿਪਾਰਟਮੈਂਟ ਨੇ ਨਹੀਂ ਭੇਜੇ ਜੀ ਅੱਜ ਕੱਲ ਤਾਂ ਹਿਸਾਬਤਾ ਆਨਲਾਈਨ ਹੋ ਜਾਂਦਾ ਹੈ ਅਮੀਰ ਭਾਜੀ ਅੰਕੜੇ ਛਪਾ ਨਹੀਂ ਸਕਦੇ ਪਰ ਸਰਕਾਰ ਦੇ ਵਿੱਤ ਮੰਤਰੀ ਦਾਅਵੇ ਕਰਦੇ ਨੇ ਕਿ ਆਮਦਨ ਚ ਵਾਧਾ ਹੋ ਰਿਹਾ ਤੇ ਧਾਲੀয়াল ਸਾਹਿਬ ਦੇ ਕਹਿਣ ਅਨੁਸਾਰ ਜਾਂ ਜਿਹੜੇ ਤੱਥ ਸਾਹਮਣੇ ਉਹਦੇ ਅਨੁਸਾਰ ਕਿ GST ਸਾਡੀ ਘਟ ਰਹੀ ਹੈ ਪੈਟਰੋਲੀਅਮ ਪਦਾਰਥ ਦੀ ਇਨਕਮ ਸਾਡੀ ਘਟ ਰਹੀ ਹੈ ਤੇ ਦੂਸਰੇ ਪਾਸੇ ਕੇਂਦਰ ਵੀ ਲਿਖ ਕੇ ਭੇਜ ਰਿਹਾ ਕੇਂਦਰੀ ਵਿੱਤ ਸਕੱਤਰ ਲਿਖ ਰਿਹਾ ਕਿ ਨਹੀਂ ਜੀ ਆ ਚੱਕੋ ਤੁਸੀਂ ਤਾਂ 2 ਸਾਲਾਂ ਦੇ ਵਿੱਚ ਪਿਛਲੀ ਵਾਰ ਵੀ 3000 ਕਰੋੜ ਦਾ ਕਰਜ਼ਾ ਇਹ ਉਹ ਹੈ ਜਿਹੜਾ ਹਰ ਮਹੀਨੇ ਲਿਆ ਜਾਂਦਾ ਉਹ ਤੋਂ ਵੱਖਰਾ ਹੈ ਜਿਹੜਾ ਜ਼ਮੀਨਾਂ ਜਾਇਦਾਦਾਂ ਨੂੰ ਗਹਿਣੇ ਰੱਖ ਕੇ ਪਾਰਕਾਂ ਨੂੰ ਹਸਸਾਂ ਨੂੰ ਗਹਿਣੇ ਰੱਖ ਕੇ ਕਰਜ਼ਾ ਲਿਆ ਜਾਂਦਾ ਇਹ ਕਾ ਪਹਿਲੂ ਵੀ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆਪਣੇ ਪੰਜਾਬੀ ਵਿੱਚ ਇੱਕ ਸਰਦਾਰ ਨੇ ਵੀ ਚਾਦਰ ਦੇਖ ਕੇ ਪੈਰ ਧਸਾ ਰੂ ਆਮਦਨ ਜੇ ਥੋੜੀ ਜਿਹੀ ਵੱਧਦੀ ਵੀ ਹੋਵੇ ਤਾਂ ਉਹਦੇ ਮੁਕਾਬਲੇ ਖਰਚ ਕਿੰਨਾ ਵੱਧ ਰਿਹਾ ਇਹਦਾ ਵੀ ਧਿਆਨ ਨਾਲ ਰੱਖਣਾ ਪੈਂਦਾ ਹੈ ਨਾ ਕੋਈ ਐਦਾ ਨਹੀਂ ਆ ਵੀ ਦੇਖੋ ਜੀ ਸਾਡੀ 10 ਰੁਪਏ ਆਮਦਨ ਵੱਧ ਗਈ ਖਰਚ 100 ਰੁਪਏ ਵੱਧਦਾ ਹੋਵੇ ਤਾਂ ਤੁਹਾਡੀਆਂ ਜ਼ਮੀਨਾਂ ਵੀ ਵਿਕਣਗੀਆਂ ਉਹ ਜਦੋਂ ਕਿਸੇ ਕਿਸਾਨ ਜਾਂ ਆਮ ਬੰਦਾ ਜਦੋਂ ਉਹਨੂੰ ਕਰਜ਼ਾ ਮਿਲਣਾ ਬੰਦ ਹੋ ਜਾਂਦਾ ਤਾਂ ਉਹ ਗਹਿਣੇ ਰੱਖਣਾ ਸ਼ੁਰੂ ਕਰਦਾ ਨਾ ਚੀਜ਼ਾਂ ਕਿ ਕਿਹ ਚੀਜ਼ ਗਹਿਣੇ ਰੱਖ ਲਓ ਜਿਵੇਂ ਪਿਛਲੇ ਸਮੇਂ ਦੇ ਵਿੱਚ ਬਾਦਲ ਸਰਕਾਰ ਤੇ ਇਹ ਦੋਸ਼ ਲੱਗਿਆ ਸੀ ਕਿ ਉਹਨਾਂ ਨੇ ਮੰਡੀ ਬੋਰਡ ਦਾ ਜਿਹੜਾ ਪੈਸਾ ਆਉਣਾ ਸੀ ਰੈਵਨਿਊ ਅਗਲੇ ਸਾਲ ਆਂਦਾ ਉਹ ਵੀ ਪਹਿਲਾਂ ਹੀ ਗਹਿਣੇ ਰੱਖ ਕੇ ਅਡਵਾਂਸ ਚ ਕਿ ਦੇਖੋ ਇੱਥੋਂ ਤੁਹਾਨੂੰ ਆ ਜਾਊਗਾ ਹਾਂ ਸਮਝਦੇ ਹੋ ਔਰ ਉਹਦੇ ਨਾਲ ਬਹੁਤ ਵੱਡਾ ਇੱਕ ਪੈੱਡੂ ਖੇਤਰ ਦਾ ਨੁਕਸਾਨ ਵੀ ਕੀਤਾ ਕਿਉਂਕਿ ਜਿਹੜਾ ਪੈਸਾ ਉੱਥੇ ਉਸ ਲੈਵਲ ਤੇ ਲੱਗਣਾ ਸੀ ਜਾਂ ਅਗਲੀ ਜਿਹੜੀ ਬਿਉਤਬੰਦੀ ਕਰਨੀ ਹੁੰਦੀ ਉਹ ਉਹਨੇ ਉਹ ਕਰਨਾ ਸੀ ਔਰ ਇਹ ਸਰਕਾਰ ਦਾ ਖੁਦ ਦਾ ਬੈਟ ਇਹਨਾਂ ਨੇ ਵਾਈਟ ਪੇਪਰ ਜਾਰੀ ਕੀਤਾ ਸੀ ਅਹੀ ਜੂਨ 2022 ਦੇ ਵਿੱਚ ਉਹ ਤਾਂ ਆਪਾਂ ਨਹੀਂ ਕਹਿ ਰਹੇ ਨਾ ਵਿਰੋਧੀ ਕਹਿ ਰਹੇ ਨੇ ਨਾ ਉਹ ਵਾਈਟ ਪੇਪਰ ਦੇ ਵਿੱਚ ਉਹ ਵਾਈਟ ਪੇਪਰ ਇਹ ਕਹਿੰਦਾ ਕਿ ਪੰਜਾਬ ਕਰਜ਼ੇ ਦੇ ਮਾਮਲੇ ਵਿੱਚ ਦੇਸ਼ ਚ ਸਭ ਤੋਂ ਬੁਰੀ ਸਥਿਤੀ ਦੇ ਵਿੱਚ ਹੈ ਬੁਰੀ ਸਥਿਤੀ ਦੇ ਵਿੱਚ ਕਿਉਂ ਹੈ ਕਿਉਂਕਿ ਇਸ ਕਰਕੇ ਦੇਖਿਆ ਜਾਂਦਾ ਕਿ ਕੁੱਲ ਘਰੇਲੂ ਪੈਦਾਵਾਰ ਹੈ ਜਿਹੜੀ ਸਟੇਟ ਦੀ ਇਹਦੇ ਮੁਕਾਬਲੇ ਤੁਸੀਂ ਕਿੰਨਾ ਕਰਜ਼ਾ ਲੈ ਰੱਖਿਆ ਪੰਜਾਬ ਦੇ ਹਰ ਬੱਚੇ ਸਰ ਉਹਨਾਂ ਦੇ ਮੁਕਾਬਲੇ 1 ਲੱਖ ਰੁਪਇਆ ਕਰਜ਼ਾ ਹੈ ਹਰ ਜਮ ਦੇ ਬੱਚੇ ਇਸ ਵਾਰ 1 ਲੱਖ ਰੁਪਿਆ ਕਰ ਜਾ ਇੱਕ ਲੱਖ ਦਾ ਮਤਲਬ ਇਹ ਹੋ ਗਿਆ ਕਿ ਐਸੇ ਮਾਰਚ ਤੱਕ ਦਾ ਸਾਡਾ ਜਿਹੜਾ ਹੈਗਾ ਉਹ 3 ਲੱਖ 5000 ਕਰੋੜ ਰੁਪਿਆ ਕਰ ਜਾ ਉਹ ਹੈ ਨਾ ਜਿਹੜਾ ਵੀ ਚੀਜ਼ਾਂ ਇਹਦੇ ਤੋਂ ਵੀ ਇਲਾਵਾ ਹਾਲਾਂਕਿ ਐਨੇ ਨਾਲ 1 ਲੱਖ ਕਰੋੜ ਹੈ ਆ ਜਿਹੜਾ ਬਾਕੀ ਕਾਰਪੋਰੇਸ਼ਨਾਂ ਨੇ ਬੋਰਡਾਂ ਨੇ ਲਿਆ ਹੋਇਆ ਉਹਦੀ ਜਿਹੜੀ ਗਾਰੰਟੀ 22345 ਕਰੋੜ ਦਿੱਤੀ ਹੋਈ ਹੈ ਉਹ ਉਹ ਦਿਖਦੀ ਨਹੀਂ ਨਾ ਉਹ ਅਜੇ ਅਸੀਂ ਹੋਂਦੇ ਨਹੀਂ ਮਤਲਬ ਦੇਖ ਰਹੇ ਇਸੇ ਕਰਕੇ ਹੋਰ ਜਿਹੜੀਆਂ ਇਹਨਾਂ ਨੇ ਅਜੇ ਹੋਰ ਦੇਣਦਾਰੀਆਂ ਨਵੀਆਂ ਪੈਦਾ ਕੀਤੀਆਂ ਜੀ ਚਾਹੇ ਉਹ ਬਿਜਲੀ ਦੇ ਬਿਲਾ ਦੇ ਕੁਐਸਚਨ ਹੋਵੇ ਚਾਹੇ ਉਹ ਬਾਕੀ ਦਾ ਅਜੇ ਤਾਂ 1000 ਰੁਪਏ ਬੀਬੀਆਂ ਨੂੰ ਵੀ ਦੇਣਾ ਹੈ ਜਿਹੜਾ 11-12 ਹਜ਼ਾਰ ਕਰੋੜ ਦਾ ਜਿਹੜਾ ਉਹਦੇ ਚੱਲਦੀ ਹੈ ਨਾ ਬੀਬੀਆਂ ਦੀ ਇਸ ਕੀ ਬਸਾਂ ਚ ਸਫਲ ਨਹੀਂ ਉਹ ਅਬਰਿੰਦਰ ਉਹ ਅਬਰਿੰਦਰ ਸਿੰਘ ਉਹਨਾਂ ਨੇ ਕੀਤੀ ਸੀ ਅਲੱਗ ਸੀ ਮਤਲਬ ਉਹਦਾ ਕਿੰਨਾ ਬੋਝ ਹੈ ਇਹਦੇ ਨਾਲੋਂ ਜ਼ਿਆਦਾ ਜਿਹੜਾ 1000 ਰੁਪਏ ਵੈਸੇ ਹਰ ਇੱਕ ਬੀਬੀ ਨੂੰ ਦੇਣਾ ਹੈ ਉਹ ਉਸ ਲੈਵਲ ਤੇ ਆਏਗਾ ਬਿਨਾਂ ਸ਼ੱਕ ਵੈਲਫੇਅਰ ਸਟੇਟ ਜਿਹੜੀ ਹੁੰਦੀ ਹੈ ਕਲਿਆਣਕਾਰੀ ਰਾਜ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਇੱਕ ਕਈ ਕੰਮ ਕਰਨੇ ਹੁੰਦੇ ਨੇ ਲੋਕਾਂ ਦੇ ਹਿੱਤ ਦੇ ਕਰਨੇ ਹੁੰਦੇ ਨੇ ਕਰਜ਼ੇ ਵੀ ਲੈਣੇ ਹੁੰਦੇ ਨੇ ਪਰ ਕਰਜ਼ੇ ਦੀ ਇੱਕ ਲਿਮਟ ਹੁੰਦੀ ਹੈ ਜੇ ਉਹ ਲਿਮਟ ਕਰਾਸ ਹੋ ਜਾਏ ਨਾ ਉਹ ਕੰਮ ਹੁੰਦੇ ਰਹਿਣਗੇ ਉਹ ਕੰਮ ਵੀ ਇਸ ਕੰਮਾਂ ਦਾ ਵੀ ਸਤਿਆਨਾਸ਼ ਹੋ ਜਾਊ ਲੋਕਾਂ ਨੂੰ ਵੀ ਕੁਝ ਨਹੀਂ ਦਿੱਤਾ ਜਾਣਾ ਇਹ ਇਸ ਕਰਕੇ ਇਹਦੇ ਵਿੱਚ ਫਸੇ ਨੇ ਹੁਣ ਜਿਵੇਂ ਢਾਲੀਵਾਲ ਸਾਹਿਬ ਉਹਨਾਂ ਨੇ ਕਿਹਾ ਕਿ 10% ਸਾਡੀ ਜੀਐਸਟੀ ਘਟ ਗਈ ਜੀਐਸਟੀ ਓਵਰਆਲ 11% ਵਧੀ ਹੈ ਦੇਸ਼ ਦੀ ਹਰਿਆਣਾ ਦੀ 13% ਵਧੀ ਹੈ ਸਾਡੇ ਨਾਲ ਹੈ ਜੀਐਸਟੀ ਉਸੇ ਲੈਵਲ ਦੇ ਉੱਤੇ ਔਰ ਇਹਦੇ ਨਾਲ ਦੀ ਨਾਲ ਜਿਹੜੇ ਬਾਕੀ ਤੁਸੀਂ ਕਹਿੰਦੇ ਹੋ ਕਿ ਰੇਤੇ ਚੋਂ 20000 ਕਰੋੜ ਰੁਪਈਆ ਕਮਾ ਲਾਂਗੇ ਰੇਤਾ ਕਿੱਥੇ ਹੈ ਜੀ ਉਹਦਾ ਕੁਝ ਹੋਇਆ ਹੀ ਨਹੀਂ ਮੈਨੂੰ ਲੱਗਦਾ ਕਿੱਥੋਂ ਕੀ ਹੈ ਫਿਰ ਸ਼ਰਾਬ ਚੋਂ ਕਮਾ ਲਾਂਗੇ ਸ਼ਰਾਬ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਕੀ ਕਰ ਰਹੇ ਹੋ ਔਰ ਸਭ ਨੂੰ ਪਤਾ ਹੈ ਔਰ ਇਹ ਜਿਹੜੇ ਸਾਰੇ ਮਾਮਲਿਆਂ ਦੇ ਵਿੱਚ ਤੁਸੀਂ ਇੱਕ ਗੱਲ ਦਿਖਾਉਂਦੇ ਹੋ ਨਾ ਲੋਕਾਂ ਨੂੰ ਭਲੇ ਖਾ ਜਾ ਕਿ ਆਹ ਜ਼ਮੀਨ ਸੜਾ ਲੀ ਜੀ ਇੰਨੀ ਅਸੀਂ ਪੰਚਾਇਤੀ 800 ਕਰੋੜ ਦਾ ਫਾਇਦਾ ਕਰਤਾ ਉਹ ਜ਼ਮੀਨ ਸਰਕਾਰ ਦੀ ਕਿੱਥੋਂ ਹੈ ਜੀ ਸਰਕਾਰੀ ਖਜ਼ਾਨੇ ਚ ਕਿੱਥੋਂ ਜਾਣੀ ਹੈ ਉਹ ਪੰਚਾਇਤ ਦੀ ਤੇ ਲੋਕਾਂ ਦੀ ਜ਼ਮੀਨ ਹੈ ਤੇ ਲੋਕਾਂ ਨੂੰ ਹੀ ਉਹਦਾ ਫਾਇਦਾ ਜਾਂ ਨੁਕਸਾਨ ਜਿਹੜਾ ਹੋਣਾ ਤੁਸੀਂ ਕਿੱਥੋਂ ਉਹ ਕਰ ਰਹੇ ਹੋ ਔਰ ਇਸੇ ਕਰਕੇ ਜਿਹੜੀਆਂ ਬਾਕੀ ਦੇ ਮਾਮਲੇ ਨੇ ਤੁਸੀਂ ਉਹਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਕਿੱਥੋਂ ਪੈਸਾ ਆਊਗਾ ਕਿੱਥੋਂ ਨਹੀਂ ਸਾਡਾ ਰੈਵਨਿਊ ਦਾ ਜਿਹੜਾ ਮਾਮਲਾ ਹੈ 2011-12 ਤੋਂ ਲੈ ਕੇ 2021 ਤੱਕ ਇਹਨਾਂ ਦੇ ਵਾਈਟ ਪੇਪਰ ਚ ਕਿਹਾ ਹੋਇਆ ਹੈ 72% ਤੋਂ ਘਟ ਕੇ 48% ਤੇ ਆ ਗਿਆ ਪਰਸੈਂਟੇਜ ਜਿਹੜੀ ਉਹਦੀ ਸੀਗੀ ਆਮਦਨ ਦੇ ਵਿੱਚ ਜਿਹੜਾ ਸਾਡੇ ਮਾਲੀਏ ਦੇ ਵਿੱਚ ਆਉਂਦੀ ਸੀ ਤਾਂ ਜਦੋਂ ਇੰਨਾ ਘਟਦਾ ਜਾ ਰਿਹਾ ਤਾਂ ਤੁਸੀਂ ਤੁਹਾਨੂੰ ਬਿਅਉ ਤੇ ਬਣਾਉਣੀ ਚਾਹੀਦੀ ਹੈ ਨਾ ਉਹਨੂੰ ਵਧਾਉਣਾ ਕਿਵੇਂ ਆ ਕਿਵੇਂ ਆ ਜੇ ਵਧੂਗਾ ਤਾਂ ਤੁਹਾਡੇ ਕੋਲ ਪੈਸਾ ਆਊਗਾ ਜੇ ਪੈਸਾ ਹੀ ਨਹੀਂ ਆਊਗਾ ਤੁਸੀਂ ਕਰੋਗੇ ਕੀ ਹੁਣ ਤੁਸੀਂ ਐਲਾਨ ਕਰੀ ਜਾਓ ਕਿ ਅਸੀਂ ਪੈਨਸ਼ਨ ਐਕਸਟ੍ਰੀਮੀ ਵੀ ਪੁਰਾਣੀ ਲਾਗੂ ਕਰਾਂਗੇ ਅਸੀਂ ਫਲਾਣਾ ਵੀ ਅਸੀਂ ਫਲਾਣਾ ਜੋ ਮਰਜ਼ੀ ਕਰਦੇ ਰਹੋ ਅਲੀਅਰ ਸਾਹਿਬ ਜਿਵੇਂ ਹਮੀਰਪਾ ਜੀ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਵੀ ਦਮ ਭਰਦੀ ਸੀ ਕਿ ਸਾਨੂੰ ਰੇਤੇ ਤੋਂ ਵੀ ਪੈਸਾ ਆ ਜਾਣਾ ਇਹ ਸਰਕਾਰ ਕਹਿੰਦੀ ਸਾਨੂੰ ਸ਼ਰਾਬ ਤੋਂ ਵੀ ਆਮਦਨ ਵਧ ਜਾਣੀ ਉਹ ਆਮਦਨ ਵੀ ਨਹੀਂ ਵਧੀ ਤੇ ਦੂਸਰਾ ਕਰਜ਼ੇ ਦਾ ਬੋਝ ਲਗਾਤਾਰ ਵੱਧ ਰਿਹਾ ਪਰ ਕੀ ਉਹਦੇ ਲਈ ਸਿਰਫ ਭਗਵੰਤ ਮਾਨ ਸਰਕਾਰੇ ਜ਼ਿੰਮੇਵਾਰ ਜਾਂ ਉਹ ਪਿਛਲਾ ਚੱਲਿਆ ਆਉਂਦਾ ਜਿਹੜਾ ਬੋਝ ਆ ਸਾਡਾ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਹੈ ਉਹ ਵੀ ਇੱਕ ਕਾਰਨ ਦੇਖੋ ਮੇਰਾ ਖਿਆਲ ਹੈ ਕਿ ਕਾਰਨ ਤਾਂ ਬਿਲਕੁਲ ਠੀਕ ਹੈ ਕਿ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਨੇ ਪਰ ਇਹ ਹੁਣ ਗਲਤ ਹੋਏਗਾ ਜੇ ਆਪਾਂ ਪਿਛਲੀ ਸਰਕਾਰਾਂ ਨੂੰ ਦੋਸ਼ ਦੇਈਏ ਨਵੀਂ ਸਰਕਾਰ ਨੇ ਆ ਕੇ ਕੀ ਕੀਤਾ ਕੀ ਉਹਨੇ ਖਰਚਾ ਘਟਾਇਆ ਕੀ ਉਹਨੇ ਐਕਸਪੈਂਡੀਚਰ ਘਟਾਇਆ ਕੀ ਉਹਨੇ ਆਮਦਨ ਵਧਾਈ ਜੇ ਆਮਦਨ ਵਧਾਈ ਕਿੱਥੇ ਆ ਉਹ ਆਮਦਨ ਵਧਾਈ ਜਿਹੜਾ ਦਾਵਾ ਕੀਤਾ ਗਿਆ ਸੀ ਵੀ 40% ਦੀ ਸਾਈਡ ਤੋਂ ਵਾਧੇਗੀ ਜੀ ਰੇਤੇ ਤੋਂ 20000 ਕਰੋੜ ਰੁਪਏ ਆ ਜਾਏਗਾ ਜੀ ਅਸੀਂ ਸਾਰਾ ਕੁਝ ਠੀਕ ਕਰ ਦਾਂਗੇ ਹਨਾ ਖਰਚੇ ਘਟਾਵਾਂਗੇ ਖਰਚੇ ਤਾਂ ਵਧ ਰਹੇ ਨੇ ਸਿਕਿਉਰਿਟੀ ਦਾ ਖਰਚਾ ਉਵੇਂ ਹੋ ਰਿਹਾ ਹੈ ਹਥਿਆਰਾਂ ਦੇ ਖਰਚੇ ਵਧ ਰਹੇ ਨੇ ਹੋਰ ਥਾਵਾਂ ਤੇ ਜਿਹੜਾ ਐਕਸਪੈਂਡੀਚਰ ਤਾਂ ਕਿਤੇ ਘਟਾਉਣ ਦੀ ਕੋਈ ਨਹੀਂ ਹੋ ਰਹੀ ਮੈਂ ਤੁਹਾਨੂੰ ਮੋਟੀ ਜਿਹੀ ਮੋਟੀ ਹੈਗੇ ਫਿਗਰਾਂ ਦੱਸਾਂ ਉਹ ਹੈ ਕਿ ਜਿਹੜਾ ਰੈਵ ਨੂੰ ਡੈਫਿਸਟਾ ਇਸ ਵਾਰੀ ਸਾ ਪੋਟੀ ਕ੍ਰਿਟੀਕਲ ਸਟੇਟ ਤੇ ਪੁਆਇੰਟ ਗਿਆ ਐਸ ਵੀਡੀਓ ਜਿਹੜਾ ਸਾਡਾ ਰੈਵਨਡ ਐਕਸਿਟ ਆ ਉਹ 12553 ਕਰੋੜ ਰੁਪਏ ਰੈਵਨਡ ਐਕਸਿਟ ਆ ਜਿਹੜਾ ਕਿ ਪਿਛਲੇ ਸਾਲ ਨਾਲੋਂ 10% ਉੱਪਰ ਚੱਲਿਆ 80% ਵਜੇ ਆਪਾਂ ਪਿਛਲੇ ਸਾਲ ਨਾਲ ਕੰਪੇਅਰ ਕਰੀਏ ਐਸ ਦੇ ਤੇ ਨਾ ਉਹਦੇ ਨਾਲ ਜਿਹੜੇ ਪਤਸ਼ਤ ਕੱਢ ਗਏ ਆਪਾਂ ਫਿਰ ਫਿਗਰ ਚ ਨਾ ਕੱਢੋ ਕਿਉਂਕਿ ਹਰ ਸਾਲ ਆਪਣੀਆਂ ਬਦਲਦੀਆਂ ਫਿਗਰਾਂ ਹੋਰ ਵਾਇਦ ਹੋ ਜਾਂਦੀਆਂ ਨੇ ਜੇ ਪਤਸ਼ਤ ਦੇ ਹਿਸਾਬ ਨਾਲ ਕੱਢੀ ਤਾਂ ਐਸ ਬੜੇ ਸਾਡਾ ਜਿਹੜਾ ਰੈਵਨਡ ਐਕਸਿਟ ਆ ਉਹ ਹੀ 10% ਦਾ ਵਧ ਗਿਆ ਹੈ ਕਿਉਂਕਿ ਇਹ ਬਹੁਤ ਹੀ ਗੰਭੀਰ ਸਥਿਤੀ ਹੈ ਜਿਹੜਾ ਫਿਸਕਲ ਡੈਫਸਟ ਹੈ ਉਹਦੀ ਵੀ ਹਾਲਤ ਇਹੀ ਦੀ ਹੈ ਉਹ ਵੀ ਤਕਰੀਬਨ 13% ਵੱਧ ਗਿਆ ਹੈ ਉਹਦਾ ਫਿਸਕਲ ਡੈਫਸਟ ਹੜਾ 23800 ਕਰੋੜ ਦੇ ਉੱਪਰ ਚੱਲ ਰਿਹਾ ਹੈ ਇਸ ਵੇਲੇ ਤੋਂ ਜਿਹੜੀ ਇਹ ਦੋਨੇ ਹੀ ਚੀਜ਼ਾਂ ਹੈਗੀਆਂ ਨੇ ਜੇ ਫਿਸਕਲ ਡੈਫਸਟ ਤੇ ਜਿਹੜਾ ਐਵਨਿਊ ਐਨਾ ਜ਼ਿਆਦਾ ਹੈ ਇਹਦਾ ਮਤਲਬ ਹੈ ਕਿ ਅਸੀਂ ਡਿਵੈਲਪਮੈਂਟ ਤੇ ਵਿਕਾਸ ਤੇ ਕੋਈ ਖਰਚੀ ਨਹੀਂ ਹੋ ਰਹੀ ਕੈਪੀਟਲ ਐਕਸਪੈਂਡੀਚਰ ਹੋ ਹੀ ਨਹੀਂ ਰਹਾ ਜੇ ਤੁਸੀਂ ਮोटा ਜਾਂ ਅੰਦਾਜ਼ੇ ਦੂਸਰੇ ਫਿਗਰ ਤੇ ਲਾਓ ਜਿਹੜੀਆਂ ਸਾਡੀਆਂ ਆਪ ਦੀ ਆਮਦਨ ਹੈ ਸਟੇਟ ਦੀ ਜੀ 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 ਜਿਹੜੀ ਆਪ ਦੀ ਸਟੇਟ ਦੀ ਆਮਦਨ ਹੈ ਉਹ ਵੀ ਪਿਛਲੇ ਸਾਲਾਂ ਨਾਲੋਂ ਘਟੀ ਹੈ ਭਾਜਕੋਰ ਕੀ ਸਟੈਂਪ ਡਿਊਟੀ ਹੈ ਜੀ ਪਿਛਲੇ ਸਾਲ ਦਾ ਇਹੀ ਪੀੜ ਆਪਾਂ ਅਕਤੂਬਰ ਦਾ ਪੇਜ ਲੱਗ ਗਿਆ ਫਿਰ ਕੋ ਆਪਣੇ ਕੋਲ ਅਕਤੂਬਰ ਦੀਆਂ ਫਿਗਰ ਹੈ ਗਿਆ ਨੇ ਜਿਹੜੀਆਂ ਕਿ ਕੰਸੋਲੀਡੇਟ ਹੋ ਕੇ ਆਪਣੇ ਕੋਲੇ ਆ ਜਾਂਦੀਆਂ ਨੇ ਜੇ ਅਕਤੂਬਰ ਦੀ ਫਿਗਰ ਤਾਂ ਸਾਡੀ ਸਟੈਂਪ ਡਿਊਟੀ ਇਸ ਵੇਲੇ 3% ਘੱਟ ਹੈ ਉਸ ਦੇ ਮੁਕਾਬਲੇ ਪਿਛਲੇ ਸਾਲ ਨਾਲ ਜੇ ਆਪਾਂ ਐਕਸਾਈਜ਼ ਡਿਊਟੀ ਲਾਈ ਲਾਈਏ ਜੀ ਐਕਸਾਈਜ਼ ਦੀ ਤਾਂ ਸ਼ਰਾਬ ਤੋਂ ਆਉਂਦਾ ਹੈ ਇਹ ਤਾਂ ਕਿਹਾ ਜਾ ਰਿਹਾ ਸੀ ਜੀ 9000 ਕਰੋੜ ਰੁਪਏ ਤੋਂ ਉੱਪਰ ਚਲੀ ਜਾਏਗੀ ਜੀ ਇੰਨਾ ਹੋ ਜਾਏਗਾ ਸਾਰਾ ਕੁਝ ਉਹ ਸਿਰਫ ਤੇ ਸਿਰਫ 0.60% ਵਧੀਆ ਹਲੇ ਤੱਕ ਜੇ ਇੰਨੇ ਵਧੀਆ ਹੈ ਤਾਂ ਜਿਹੜਾ ਤੁਹਾਡਾ ਟਾਰਗੇਟ ਹੈ ਉਹ ਪੂਰੇ ਨਹੀਂ ਹੋਣਾ ਤੁਸੀਂ ਕਿਤੇ ਕਿੱਥੇ ਜਾਓਗੇ ਕਿਤੇ ਕਰੇ ਕੀ ਹੋਏਗਾ ਸੇਲ ਟੈਕਸ ਜਿਹੜਾ ਹੈਗਾ ਜਿਹੜੀ ਸਾਨੂੰ ਆਪਾਂ ਪੈਟਰੋਲ ਵਗੈਰਾ ਤੇ ਜਿਹੜੇ ਹਲੇ ਸਟੇਟ ਵਿਦਨ ਸਟੇਟ ਜਿਹੜਾ ਜਿਹੜਾ ਪਰਿਵਹਨ ਆਉਂਦੇ ਨੇ ਜਿਹੜਾ ਲਾਉਨੇ ਆਪਾਂ ਉਹ ਵੀ ਟੈਕਸ ਹੈ ਸਾਡਾ ਉਹ ਵੀ ਇਸ ਵੇਲੇ ਕੀੰਦਾ ਘਟੋ ਘਟ 6% ਘਟਾ ਪਿਛਲੇ ਸਾਲ ਨਾਲ ਜਿਹੜੀ ਆਏ ਥੋੜੇ ਫਿਰ ਗਰਾਵ 150 ਕਰੋੜ ਰੁਪਏ ਦੀ ਹੈ ਇਹ ਪਿਛਲੇ ਪਿਛਲੇ ਸਾਲ ਨਾਲ ਕੰਪੇਅਰ ਕਰੀਏ ਪ੍ਰਤੀਸ਼ਾ ਦੇ ਹਿਸਾਬ ਨਾਲ ਔਰ ਦਿਨ 90% ਘਟ ਆ ਰਹੀ ਹੈ ਇਸ ਤਰ੍ਹਾਂ ਜਿਹੜੀ ਸਟੇਟ ਸਾਈਜ਼ ਆ ਉਹਦਾ ਥੋੜਾ ਜਿਹਾ ਮੁੱਲੀਆ ਵਾਧਾ ਹੋਇਆ ਜਦੋਂ ਕਿ ਬਾ ਸਰਕਾਰ ਕਹਿ ਰਹੀ ਸੀ ਕਿ ਜੀ 30% ਵਾਧਾ ਹੋ ਜਾਏਗਾ 40% ਵਾਧਾ ਹੋ ਜਾਏਗਾ ਅਸੀਂ ਤਾਂ ਸ਼ਰਾਬ ਤੋਂ ਆਮਦਨ ਮਤਲਬ ਦੁੱਗਣੀ ਕਰ ਦਾਂਗੇ ਜਿਹੜੀ ਬਾਕੀ ਜਿਹੜੀ ਇਨਕੁਆਰੀ ਚੱਲ ਰਹੀ ਹੈ ਉਹ ਦਿੱਲੀ ਵਿੱਚ ਉਹ ਵੱਖਰੀ ਹੈਗੀ ਉਹਦੇ ਚਡੇ ਨਵੇਂ ਨਵੇਂ ਖਲਾਸੇ ਹੋ ਰਹੇ ਨੇ ਉਹ ਵੱਖਰੀ ਗੱਲ ਹੈਗੀ ਸੋ ਕੁੱਲ ਮਿਲਾ ਕੇ ਜਿਹੜਾ ਜੀਐਸਪੀ ਤੋਂ ਵੀ ਆਪਣਾ ਜਿਹੜਾ ਟੋਟਲ ਮਤਲਬ ਕੀੰਦਾ ਆਮਦਨ ਹੋਣੀ ਸੀ ਜਿਹੜੀ ਵਧਣਾ ਸਾਡਾ ਇਨਕਰੀਜ਼ ਹੋਣਾ ਚਾਹੀਦਾ ਸੀਗਾ ਉਹ ਵੀ ਸਾਡਾ ਕੱਟ ਚੱਲ ਰਿਹਾ ਇਸ ਵੇਲੇ ਜਿਹੜੇ ਸਾਡੇ ਕਮਿਟਿਡ ਐਕਸਪੈਂਡੀਚਰ ਨੇ ਉਹਨਾਂ 'ਚ ਵਾਧਾ ਹੋਇਆ ਜਿਵੇਂ ਸੈਲਰੀ ਹੈ ਹਾਂਜੀ ਸੈਲਰੀ 6% ਵਧ ਗਈ ਹੈ ਜਿਹੜੇ ਸਾਡੇ ਦੂਸਰੇ ਪੈਨਸ਼ਨ ਹੈ ਉਹ ਸਾਡੇ 3% ਵਧ ਗਈ ਹੈ ਐਸਾਂ ਜਿਹੜੇ ਦੂਸਰੇ ਹਾਂ ਜਿਹੜਾ ਸਾਡਾ ਵਿਆਜ ਦੀ ਰਿਟਰਨ ਅਸੀਂ ਜਿਹੜੀ ਆਪਣਾ ਨਹੀਂ ਹੁੰਦਾ ਮੋੜਨਾ ਹੁੰਦਾ ਇੰਟਰਸਟ ਦੇ ਨਾਲ ਕਹਿੰਦਾ ਮੂਲ ਮੋੜਨਾ ਹੁੰਦਾ ਕੈਪੀਟਲ ਉਹ ਸਾਡਾ ਵਧਦਾ ਜਾ ਰਿਹਾ ਹੈ ਤੋਂ ਇੱਕ ਪਾਸੇ ਸਾਡੇ ਖਰਚੇ ਵੱਧ ਜਾ ਰਹੇ ਨੇ ਦੂਜੇ ਪਾਸੇ ਸਾਡਾ ਰੈਵ ਨੂੰ ਨਾ ਆ ਨਹੀਂ ਰਿਹਾ ਇਸ ਕਰਕੇ ਅਸੀਂ ਇੱਕ ਵਿਸ਼ੇ ਸਰਕਲ 'ਚ ਫਸ ਗਿਆ ਭਾਜੀ ਵਿਸ਼ੇ ਸਰਕਲ ਜਿਹੜੀ ਹੈਗੀ ਇਕਨੋਮਿਕਸ ਦੀ ਟਰਮ ਹੈ ਜਦੋਂ ਤੁਸੀਂ ਕਰਜ਼ਾ ਲੋਹਣ ਵਾਸਤੇ ਹੋਰ ਕੰਮਾਂ ਆਉਣੇ ਹੋ ਇੱਕ ਸਾਈਕਲ ਚ ਫਾੜ ਜਾਣਾ ਮੁੜ ਕੇ ਸਾਈਕਲ ਤੋਂ ਨਿਕਲਣਾ ਬਹੁਤ ਔਖਾ ਹੁੰਦਾ ਉਹਦੇ ਵਾਸਤੇ ਫਿਰ ਬਹੁਤ ਬੜੇ ਕੜੇ ਦੇ ਮਤਲਬ ਜਿਹਨੂੰ ਕਹਿੰਦੇ ਆ ਨਾ ਸਖਤ ਗੱਦਮਟ ਹੋਣੇ ਪੈਂਦੇ ਉਸ ਦਿਨਾਂ ਦੀ ਸਾਡੀ ਸਥਿਤੀ ਹੋ ਚੁੱਕੀ ਭਾਜੀ ਤਾਲੀਵਾਲ ਸਾਹਿਬ ਕਹਿੰਦੇ ਕਿ ਬੇਸ਼ੱਕ ਇਹ ਪ੍ਰਾਣੀਆਂ ਸਰਕਾਰਾਂ ਦੀ ਨਲਾਇਕੀ ਹੈ ਪਰ ਹੁਣ ਜ਼ਿੰਮੇਵਾਰ ਇਹਨਾਂ ਨੂੰ ਠਰਿਆਣਾ ਪਊ ਪਰ ਮੈਨੂੰ ਲੱਗਦਾ ਕਿ ਪਿਛਲਿਆਂ ਨੂੰ ਵੀ ਤਾਂ ਸਵਾਲ ਕਰਨਾ ਬਣਦਾ ਹੈ ਨਾ ਕਿ ਜੇਕਰ ਉਹਨਾਂ ਨੇ ਇਹ ਰਾਬ ਮਤਲਬ ਕਿ ਬਾਦਲਾਂ ਦੇ ਟਾਈਮ ਦੇ ਵਿੱਚ ਮਾਰਗ ਫੱਟਦੀਆਂ ਕਿਸਾਨ ਭਵਨ ਵਰਗੀਆਂ ਇਮਾਰਤਾਂ ਹਾਂ ਹੋਰ ਸਾਡੀਆਂ ਗੈਸਟ ਹਾ ਉਹ ਰਵਾਇਤ ਕੈਪਟਨ ਦੇ ਟਾਈਮ 'ਚ ਵੀ ਨਹੀਂ ਰੁਕੀ ਤੇ ਅੱਜ ਵੀ ਸਵਾਲ ਖੜਾ ਹੋ ਰਿਹਾ ਸੋ ਕੀ ਉਹ ਸਮੇਂ ਇਨਕਲਾਬੀ ਜਿਹੜਾ ਸਾਡਾ ਇੱਕ ਵਿੱਤ ਮੰਤਰੀ ਆਇਆ ਕਹਿੰਦਾ ਜੀ ਬਾਦਲਾਂ ਦਾ ਰਾਜ ਤਾਂ ਛੱਡ ਰਿਆਂ ਕੋ ਮੈਨੂੰ ਕੰਮ ਨਹੀਂ ਕਰ ਦਿੰਦੇ ਮੈਂ ਇਨਕਲਾਬ ਲੈ ਆ ਦੇਣਾ ਕੈਪਟਨ ਦੇ ਰਾਜ 'ਚ ਵੀ ਵਿੱਤ ਮੰਤਰੀ ਬਣ ਗਿਆ ਉਹਦੇ باوجود ਵੀ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਵੱਧ ਹੀ ਗਈ ਸੋ ਕੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਸਿਰ ਕਰਜ਼ਾ ਚੜਨ ਦਾ ਕਾਰਨ ਕੀ ਹੈ ਅਸਲ ਦੇ ਵਿੱਚ ਤਾਂ ਜੇ ਆਪਾਂ ਲਈਏ ਕਿ ਪੰਜਾਬ ਪਰ ਕੈਪੀਟਾ ਚ ਵੀ ਲਗਭਗ 2 ਦਹਾਕੇ ਨੰਬਰ ਬਣ ਰਿਹਾ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਥੋੜਾ ਜਿਹਾ ਉਹ ਗ੍ਰੀਨ ਰੈਵਿਊਲੂਸ਼ਨ ਦਾ ਇਸੇ ਜਿਹਦਾ ਹੁਣ ਦੂਜੇ ਰੂਪ ਚ ਅਸੀਂ ਕਿਹਾ ਮੈਂ ਜਾ ਭੁਗਤ ਰਿਆ ਮਤਲਬ ਵਾਤਾਵਰਨ ਕੇਂਦਰ ਕੁਦਰਤੀ ਸਰੋਤਾਂ ਦਾ ਘਾਣ ਜਾਂ ਬਾਕੀ ਦੇ ਰੂਪ ਚ ਉਹਨੇ ਸਾਨੂੰ ਦੋ ਦਹਾਕੇ ਤੱਕ ਨੰਬਰ 1 ਰੱਖਿਆ 1980 81 ਤੱਕ ਪੰਜਾਬ ਦੇ ਸਿਰ ਟੋਟਲ ਕਰਜ਼ਾ 1009 ਕਰੋੜ ਰੁਪਏ ਸੀ ਹੈ ਨਾ ਉਸ ਤੋਂ ਬਾਅਦ ਚਲਦੇ ਚਲਦੇ 83000 ਕਰੋੜ ਰੁਪਏ ਤੋਂ ਵੱਧਿਆ ਸਾਡੇ ਕੋਲ 2010 11 ਦੇ ਵਿੱਚ ਆ ਕੇ ਖਿਰਤ ਬਸ ਰੁਕਿਆ ਨਹੀਂ ਰੁਕਿਆ ਨਹੀਂ ਫਿਰ ਜਿਹੜਾ ਜਿਹੜਾ ਜਿੰਨਾ ਤੇਜ਼ੀ ਨਾਲ ਵਧਿਆ ਤੁਹਾਡੇ ਯਾਦ ਹੋਣਾ ਹੈ ਇੱਕ ਵਾਰ ਮਨਪ੍ਰੀਤ ਬਾਦਰ ਗਵਰਨਮੈਂਟ ਆਫ ਇੰਡੀਆ ਨਾਲ ਜਦੋਂ ਇਹਨੇ ਬਾਦਲ ਅਕਾਲੀ ਦਲ ਛੱਡੇ ਅਗਲੇ ਉਹਦੇ ਚੋਂ ਉਦੋਂ ਇਹ ਕਹਿੰਦਾ ਹੁੰਦਾ ਸੀ ਉਦੋਂ ਕਹਿੰਦੇ ਨੇ ਤਿੰਨ ਸਟੇਟਾਂ ਕਰਜ਼ ਦੇ ਮੱਕੜ ਜਾਲ ਚ ਫਸ ਗਈਆਂ ਨੇ ਜੀਐਸਡੀਪੀ ਤੋਂ ਇਹਨਾਂ ਦਾ ਕਰਜ਼ਾ ਬਹੁਤ ਜ਼ਿਆਦਾ ਰੇਸ਼ੋ ਟੱਪ ਗਈ ਹੈ ਇੱਕ ਪੱਛਮੀ ਬੰਗਾਲ ਸੀ ਇੱਕ ਪੰਜਾਬ ਸੀ ਇੱਕ ਕੇਰਲ ਸੀ ਕਿ ਇਹ ਤਿੰਨੇ ਸਟੇਟਾਂ ਨੂੰ ਕੱਢਣ ਦੇ ਵਾਸਤੇ ਕੇਂਦਰ ਕੁਝ ਸ਼ਰਤਾਂ ਨਾਲ ਕੁਝ ਉਹ ਕਰ ਰਿਹਾ ਸੀ ਐਡਜਸਟਮੈਂਟ ਉਹਨੇ ਇਹ ਅਲੀਗੇਸ਼ਨ ਲਾਇਆ ਸੀ ਕਿ ਮੈਨੂੰ ਇਹ ਮੰਨਣ ਨਹੀਂ ਦਿੰਦੇ ਉਹ ਅਲੀਗੇਸ਼ਨ ਕੀ ਸੀ ਇਹ ਹੀ ਸਬਸਿਡੀਆਂ ਘਟਾਉਣਾ ਫਲਾਨਾ ਜੇ ਉਹ ਕਰਕੇ ਮੈਨੂੰ ਕੰਮ ਨਹੀਂ ਕਰ ਦਿੰਦੇ ਤਾਂ ਮੈਂ ਬਾਹਰ ਜਾ ਰਿਹਾ ਪਰ ਜਦੋਂ ਸਬਸਿਡੀਆਂ ਦਾ ਮੁੱਦਾ ਲੋਕਾਂ 'ਚ ਗਿਆ ਉਹਨੂੰ ਵੀ ਆਪਣੀ ਟਰਮਨਾਲੋਜੀ ਬਦਲਣੀ ਪਈ ਜਾ ਕੇ ਔਰ ਨਾਲ ਇਹ ਵੀ ਆ ਗਿਆ ਸੀ ਕਿ ਭਾਈ ਸਾਹਿਬ ਤੂੰ ਕਿੰਨਾਂ ਤਾਂ ਹੀ ਲੈ ਗਿਆ ਇੰਨਾ ਤਾਂ ਸਬਸਿਡੀ ਉਹ ਖਬਰਾਂ ਵੀ ਛਪੀਆਂ ਸੀ ਵੀ ਤੂੰ ਵੀ ਲੈ ਗਿਆ ਕੱਲਾ ਮੈਨੂੰ ਅਜੇ ਨਹੀਂ ਤਾਂ ਲਈ ਹੈ ਹਾਂ ਤੇ ਬਾਕੀ ਤਾਂ ਛੱਡੋ ਜਿਹੜੀਆਂ ਬਾਕੀ ਨੇ ਉਹ ਜਿਹੜਾ ਇੱਕ ਬੈਲੈਂਸ ਸੀ ਮਤਲਬ ਜਿਹੜੇ ਪੁਰਾਣੇ ਬੰਦਿਆਂ ਨੂੰ ਜਦੋਂ ਵੀ ਪੁੱਛਦੇ ਸੀ ਚੀਫ ਮਿਨਿਸਟਰਾਂ ਨੂੰ ਜਦੋਂ ਪੱਤਰਕਾਰ ਸਵਾਲ ਕਰਦੇ ਸੀ ਉਹ ਕਹਿੰਦੇ ਜੀ ਕਰਜ਼ਾ ਕੀ ਹੁੰਦਾ ਇਹ ਤਾਂ ਰੋਜ਼ ਆਉਂਦਾ ਹੈ ਰੋਜ਼ ਜਾਂਦਾ ਹੈ ਜਿਹੜਾ ਤਾਂ ਸੱਤਾ 'ਚ ਆ ਜਾਂਦਾ ਸੀ ਉਹ ਤਾਂ ਇਹ ਕਹਿੰਦਾ ਰੋਜ਼ ਭਰਦਾ ਜੀ ਰੋਜ਼ ਜਾਂਦਾ ਹੈ ਤਾਂ ਅਫਸਰਾਂ ਨੇ ਕਿਹਾ ਹੋਇਆ ਕੰਮ ਹੈ ਇਹ ਤਾਂ ਕੋਈ ਮਤਲਬ ਨਹੀਂ ਹੈ ਤੇ ਪਰ ਰੋਜ਼ ਆਉਂਦਾ ਜਾਂ ਰੋਜ਼ ਜਾਂਦਾ ਇਹ ਤਾਂ ਪਤਾ ਹੀ ਹੁੰਦਾ ਵੀ ਰੋਜ਼ ਕਿੰਨਾ ਆਉਂਦਾ ਤੇ ਰੋਜ਼ ਕਿੰਨਾ ਜਾਂਦਾ ਤਾਂ ਤੁਸੀਂ ਕੀ ਕਰਦਾ ਔਰ ਉਦੋਂ ਕਿੰਨੀਆਂ ਚੀਜ਼ਾਂ ਨਾ ਕੇਵਲ ਬੋਟ ਬੈਂਕ ਦੀ ਭੇਟ ਚੜੀ ਸੋਸ਼ਲ ਸਿਕਿਉਰਿਟੀ ਨੈਟਵਰਕ ਜ਼ਰੂਰੀ ਚਾਹੀਦਾ ਉਹ ਤਾਂ ਕਿਸੇ ਨੇ ਸਿਰ ਜਿਆ ਨਹੀਂ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਲੋਡ ਹੈ ਪੜ੍ਹਾਈ ਚ ਜਿਨ੍ਹਾਂ ਨੂੰ ਲੋਡ ਹੈ ਸਿਹਤ ਚ ਬਾਕੀ ਸਬਸਿਡੀ ਦੇਣਾ ਠੀਕ ਗੱਲ ਹੈ ਪਰ ਉਹ ਸਬਸਿਡੀ ਦੀ ਮਲਾਈ ਅਮੀਰ ਬੰਦਿਆਂ ਨੂੰ ਵੀ ਉਨੀਆਂ ਹੀ ਜਾਂਦੀ ਰਹੇ ਤੇ ਉਹਦਾ ਕੋਈ ਤੁਸੀਂ ਪਹਿਮਾਨਾ ਨਾ ਦੇਖੋ ਇਹ ਬੜੀ ਦੇਰ ਤੱਕ ਮੰਨ ਲਓ ਬਿਜਲੀ ਸਬਸਿਡੀ ਮੋਟਰਾਂ ਦੀ ਸਬਦੀ ਮਾਫ ਹੈ ਜੈ ਕਿਸੇ ਦੇ 50 ਟਿਊਬ ਬੈਲ ਨੇ ਇਹ ਵੀ ਬਿਨਾ ਮੰਗੇ ਉਦੋਂ 97 ਚ ਤੱਕ ਕੀਤੀ ਨਾ ਜਿਹੜੀ ਉਸ ਪੱਧਰ ਦੇ ਮੁੜ ਕੇ ਵੀ ਅਸੀਂ ਉਹਨੂੰ ਥੋੜਾ ਜਿਹਾ ਦੇਖਿਆ ਨਹੀਂ ਕਿ ਇਹਨੂੰ ਅਸੀਂ ਠੀਕ ਕਿਵੇਂ ਕਰਨਾ ਫਿਰ ਸਾਡੀਆਂ ਸਾਰੀਆਂ ਪਾਰਟੀਆਂ ਨੇ ਇੱਕ ਬਲੰਡਰ ਕੀਤਾ ਜਿਨ੍ਹਾਂ ਦੇ ਵੀ ਮੈਂਬਰ ਪਾਰਲੀਮੈਂਟ ਸੀ 1 ਜੁਲਾਈ 2017 ਚੋ ਜੀਐਸਟੀ ਦੇ ਗਣਗਣ ਕੀਤੇ ਹਾਂ ਨਾ ਕਿ ਬਲੇ ਇਹ ਕੀਤਾ ਕਿ ਅਸੀਂ ਨਹੀਂ ਕਰਦੇ ਇੰਨਾ ਵੱਧ ਜੋ ਇੰਨਾ ਵੱਧ ਜੋ ਇੰਨਾ ਵੱਧ ਜੋ ਬਨਪ੍ਰੀਤ ਬਾਦਲ ਵੀ ਉਹਦੇ ਵਿੱਚ ਸੀ ਪੰਜਾਬ ਦੇ ਹੱਤ ਵੱਟ ਕੇ ਇੱਥੇ ਖਜ਼ਾਨੇ ਚ ਜਦੋਂ ਬਾਕੀ ਵੀ ਸਾਰੇ ਸੀ ਹੱਥੇ ਵੱਡੇ ਇਹੀ ਵਾਈਟ ਪੇਪਰ ਕਹਿੰਦਾ ਕਿ 21% ਰੈਵਨਿਊ ਲਾਸ ਹੋ ਗਿਆ ਸਾਡਾ ਤੁਰੰਤ ਜਿਹੜਾ ਉਸੇ ਲੈਵਲ ਕਿਉਂਕਿ ਜਿਹੜੀ ਸਾਡੇ ਸਟੇਟ ਸਾਡੀ ਸਟੇਟ ਐਗਰੀਕਲਚਰ ਦੀ ਸਟੇਟ ਸੀਗੀ ਸਾਡੇ ਹੋਰ ਤਰ੍ਹਾਂ ਦੇ ਅਸੀਂ ਆਪ ਦੇ ਇੱਕ ਤਾਂ ਇੱਕ ਇੱਕ ਦਾ ਬਾਜੀ ਆਮਦਨ ਘਟੀ ਦੂਜਾ ਉਹ ਦੇਰੀ ਨਾਲ ਆਉਂਦਾ ਉਹਦਾ ਵੀ ਤਾਂ ਖੱਪਾ ਨਹੀਂ ਪੂਰਾ ਹੁੰਦਾ ਉਹ ਦਿੰਦੇ ਨਹੀਂ ਮੰਗਣਾ ਪੈਂਦਾ ਹਰ ਵਾਰ ਹੁਣ ਆਕੇ ਕੀ ਹੋ ਗਿਆ ਹੁਣ ਤੱਕ ਤਾਂ ਚਲੋ ਮਿਲਦਾ ਵੀ ਰਿਹਾ ਨਾ ਉਹਨਾਂ ਨੇ ਕਿਹਾ ਜਿਹੜਾ ਗੈਪ ਹੋਊਗਾ ਤੁਹਾਡਾ ਉਹ ਗਵਰਨਮੈਂਟ ਆਫ ਇੰਡੀਆ 5 ਸਾਲਾਂ ਲਈ ਪੂਰਾ ਉਹ ਲਗਭਗ 18000 ਕਰੋੜ ਤੱਕ ਪਹੁੰਚਿਆ ਹੁਣ ਉਹ ਬੰਦ ਹੋ ਗਿਆ ਸਟੇਟਾਂ ਮੰਗ ਰਹੀਆਂ ਨੇ ਵੀ ਇਹਦਾ ਸਮਾਂ ਵਧਾਓ ਕਿਉਂਕਿ ਕਰੋਨਾ ਚ ਵੀ ਅਸੀਂ ਆਏ ਆ ਬਾਕੀ ਆਏ ਆ ਉਹ ਦਿੱਲੀ ਨਹੀਂ ਚਾਹੁੰਦੀ ਜਦੋਂ ਤੁਸੀਂ ਸਟੇਟਾਂ ਦਾ ਟੈਕਸ ਲਾਉਣ ਦਾ ਟੈਕਸ ਹਟਾਉਣ ਦਾ ਹੱਕ ਖੋਲਿਆ ਇਹ ਬਹੁਤ ਵੱਡਾ ਫੈਡਰਲਿਜ਼ਮ ਤੇ ਹਮਲਾ ਸੀ ਕਿਉਂਕਿ ਹਰ ਸਟੇਟ ਆਪਣੇ ਲੈਵਲ ਤੇ ਇਹਨੂੰ ਸਾਡੀਆਂ ਪਾਰਟੀਆਂ ਨੇ ਲਿਆ ਹੀ ਨਹੀਂ ਕੇਵਲ ਮੰਤਬ ਐਨਰਜੀ ਨੇ ਫੈਡਰਲਿਜ਼ਮ ਦਾ ਕੁਐਸਚਨ ਬੜੇ ਜ਼ੋਰ ਸ਼ੋਰ ਨਾਲ ਪਾਇਆ ਸਾਡੇ ਆਲੇ ਕੋਈ ਨਹੀਂ ਕੁਸਕੇ ਸਾਡੇ ਆਲੇ ਇਸ ਤੇ ਕੁਸਕੇ ਨਹੀਂ ਅਸੀਂ ਸਰੈਂਡਰ ਕਰ ਗਏ ਜਦੋਂ ਤੁਸੀਂ ਸਰੈਂਡਰ ਕਰਦੇ ਹੋ ਜੇ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਫਿਰ ਤੁਸੀਂ ਬਿੰਦ ਤਰਲਾ ਕਰਦੇ ਹੋ ਦਿੱਲੀ ਜਾ ਕੇ ਕਿ ਮੈਨੂੰ ਆਹ ਦਿਓ ਜੀ ਮੈਨੂੰ ਆਹ ਆ ਹੁਣ ਖੜਾ ਹੈ ਉੱਥੇ 2200 ਦੇ ਕਰੋੜ ਤੋਂ ਜ਼ਿਆਦਾ ਪੈਸਾ ਸਾਡਾ ਹਾਂ ਰੂਰਲ ਡਿਵੈਲਪਮੈਂਟ ਫੰਡ ਦਾ ਦਿਹਾਤੀ ਵਿਕਾਸ ਫੰਡ ਹੁਣ ਰੂਰਲ ਡਿਵੈਲਪਮੈਂਟ ਫੰਡ ਸਾਡਾ ਹੈ ਨਾ ਹਾਂ ਕਿ ਅਸੀਂ ਦਿੰਦਿਆਂ ਤੋਂ ਤੁਸੀਂ ਅਨਾਜ ਲੈ ਲੈਂਦੇ ਹੋ ਤੁਹਾਡੀ ਲੋੜ ਹੈ ਸਾਰਿਆਂ ਦੀ ਉਹ ਤੇ ਜੋ ਟੈਕਸ ਲਾਉਣਾ ਨਹੀਂ ਲਾਉਣਾ ਉਹ ਸਾਡੀ ਜ਼ਿੰਮੇਵਾਰੀ ਹੈ ਉਹਦੇ ਤੇ ਅਸੀਂ ਕੀ ਖਰਚਣਾ ਕਿੱਥੇ ਖਰਚਣਾ ਕਿੱਥੇ ਨਹੀਂ ਖਰਚਣਾ ਸਾਡੇ ਐਕਟ ਮੁਤਾਬਕ ਹੈ ਅਸੀਂ ਆਪਣੇ ਆਪ ਤੈਅ ਕਰਾਂਗੇ ਪਰ ਨਹੀਂ ਇਹ ਸਰਕਾਰ ਨੇ ਪਹਿਲੀਆਂ ਟਾਲਦੀਆਂ ਰਹੀਆਂ ਇਹਨੇ ਆਉਂਦੇ ਐਕਟ ਚ ਸੋਧ ਕਰਤੀ ਹਾਂ ਤੁਹਾਡੇ ਹਿਸਾਬ ਨਾਲ ਅਸੀਂ ਤੁਹਾਡੇ ਹਿਸਾਬ ਨਾਲ ਉਹ ਗਲਤੀ ਉਹ ਗਲਤੀ ਪਿਛਲੀ ਸਰਕਾਰ ਨੇ ਵੀ ਕੀਤੀ ਜਿਵੇਂ ਬਾਦਲਾ ਨੇ ਸੰਗਰਦਰਸ਼ਨ ਚ ਕਰਕੇ ਤੇ ਕਰਜ਼ਾ ਅੱਗੇ ਤੋਂ ਅੱਗੇ ਲੈ ਗਏ ਸੀ ਨਾ ਵੀ ਮਤਲਬ ਮੰਡੀ ਬੋਰਡ ਦਾ ਪੈਸਾ ਕਹਿੰਦੇ ਰੱਖਤਾ ਸੀ ਆਉਣ ਵਾਲਾ ਵੀ ਉਮੇ ਕੈਪਟਨ ਬਰੇਂਦਰ ਸਿੰਘ ਨੇ ਜਿਹੜਾ ਕਿਸਾਨਾਂ ਨਾਲ ਵਾਅਦਾ ਕਰ ਲਿਆ ਸੀ ਤੁਹਾਡਾ ਕਰਜ਼ਾ ਮਾਫ ਕਰਾਂਗੇ ਸਮਝਾ ਪੈਸਾ ਹੈ ਨਹੀਂ ਸੀ ਹੋਰ ਕਰਜ਼ਾ ਬੈਂਕ ਦੇ ਨਹੀਂ ਰਹੇ ਸੀ ਕਿਉਂਕਿ ਤੁਸੀਂ ਲਿਮਟ ਕ੍ਰਾਸ ਕਰ ਗਏ ਸੀ ਤਾਂ 1% ਰੋਡ ਡਿਵੈਲਪਮੈਂਟ 1% ਮਾਰਕੀਟ ਫੀਸ ਲਾ ਕੇ ਤੁਸੀਂ ਉਹਦੇ ਅਗੇਂਸਟ ਕਰਜ਼ਾ ਦੇ ਆ ਉਹਦੇ ਅਗੇਂਸਟ ਵੀ ਉਨਾ ਹੀ ਵਾਇਓਲੇਸ਼ਨ ਸੀ ਜਿੰਨੀ ਬਾਦਰਾ ਦੀ ਵਾਇਓਲੇਸ਼ਨ ਇਹ ਜਿਹੜੀਆਂ ਉਹ ਲੰਗਣਾ ਮਾਨ ਨੇ ਇਹ ਸਾਰੀਆਂ ਸਰਕਾਰਾਂ ਕਰਦੀਆਂ ਰਹੀਆਂ ਆਪਣੇ ਆਪਣੇ ਸਮੇਂ ਉਹਨਾਂ ਨੇ ਨਹੀਂ ਦੇਖਿਆ ਕਿ ਪੰਜਾਬ ਦਾ ਕੀ ਬਣੂਗਾ ਉਲੰਘਣਾ ਸਾਰੀਆਂ ਸਰਕਾਰਾਂ ਕਰਦੀਆਂ ਨੇ ਪੰਜਾਬ ਦਾ ਕੀ ਬਣੂਗਾ ਕਿਸੇ ਨੇ ਨਹੀਂ ਦੇਖਿਆ ਤਲੀয়াল ਸਾਹਿਬ ਪਰ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਆਉਣ ਵਾਲੀ ਪੀੜ੍ਹੀ ਦੇ ਮਨਾਂ 'ਚ ਇਹ ਗੱਲ ਬਿਠਾ ਦਿੱਤੀ ਗਈ ਇਹ ਤਾਂ ਜੀ ਉਹ ਖੜਕੂਬਾਦ ਦੇ ਦੌਰ ਦਾ ਕਰਜ਼ਾ ਇਹ ਤਾਂ ਉਸ ਕਾਲੇ ਦੌਰ ਕਰਕੇ ਪੰਜਾਬ 'ਤੇ ਚੜ ਗਿਆ ਕਰਜ਼ਾ ਕੀ ਇਹ ਸੱਚਾਈ ਹੈ ਕਿ ਉਹ ਕਰਜ਼ਾ ਸੀ ਜਾਂ ਜਿਹੜਾ ਸੰਗਦਰਸ਼ਨਾ ਜਿਵੇਂ ਭਾਜੀ ਕਹਿੰਦੇ ਉਹਨਾਂ 'ਚ ਵੰਡਿਆ ਜਾਂ ਆਪਣੇ ਵਾਅਦੇ ਪੂਰੇ ਕਰਨ ਲਈ ਰੂੜੀਆਂ ਵੰਡਣਾ ਸ਼ਬਦ ਅੱਜਕੱਲ੍ਹ ਚੱਲਦਾ ਹੈ ਕਿ ਵੋਟਾਂ ਵਟੋਣ ਲਈ ਕਰਜ਼ੇ ਦੀ ਪੰਡ ਵਧੀ ਜਾਂ ਆਪ ਛਕਣ ਲਈ ਕਰਜ਼ਾ ਵਧਾਇਆ ਕਿਉਂ ਕਰਨਾ ਕਿਹੜਾ ਕਰਨ ਰਿਆ ਉਹ ਕਰਜ਼ਾ ਕਿੱਥੇ ਗਿਆ ਖਾੜਕੁਬਾਦ ਵੇਲੇ ਸਾਡੀ ਆਰਥਿਕਤਾ ਕੋਈ ਕਮੀ ਨਹੀਂ ਆਈ ਜਿਹੜਾ ਸਾਡਾ ਟੈਕਸ ਸੀ ਆ ਉਹ ਕਲੈਕਸ਼ਨ ਪੂਰੀ ਹੁੰਦੀ ਰਹੀ ਕੋਈ ਕਿਸੇ ਦਾ ਸਾਡੀ ਆਰਥਿਕਤਾ ਤੇ ਕੋਈ ਬਹੁਤਾ ਵੱਡਾ ਪ੍ਰਭਾਵ ਕਿਸੇ ਦਾ ਨਹੀਂ ਪੈਦਾ ਆਪਾਂ ਕਹੇ ਵੀ ਖਾੜਕੁਬਾਦ ਸਮੇ ਸਾਡੀ ਆਰਥਿਕਤਾ ਬਰਬਾਦ ਹੋ ਗਈ ਜਾਂ ਬਿਲਕੁਲ ਤਾਇਸ਼ ਨਾਇਸ਼ ਹੋ ਗਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਠੀਕ ਹੈ ਜੋ ਸਕਿਉਰਿਟੀ ਫੋਰਸ ਦਾ ਖਰਚਾ ਸੀਗਾ ਉਹ ਸਾਡੇ ਸਿਰ ਪਾਤਾ ਉਹ ਠੱਕੇ ਨਾਲ ਪਾਸ ਸੀ ਉਹਦਾ ਅਸੀਂ ਕੇਸ ਵੀ ਲੜਿਆ ਕੁਝ ਉਹਦੇ ਚੋਂ ਗੁਜਰਾਜ ਸਾਹਿਬ ਜਿਹੜੇ ਪੰਜਾਬੀ ਸੀਗੇ ਉਹਨਾਂ ਨੇ ਕੁਝ ਮਾਫ ਵੀ ਕੀਤਾ ਪਰ ਪੂਰਾ ਮਾਫ ਨਹੀਂ ਹੋਇਆ ਸੀ ਇੱਕ ਦੋ ਕਿਸ਼ਤਾਂ ਫੇਰ ਵੀ ਰਹਿ ਗਈਆਂ ਸੀਆਂ ਮਰਮੋਣ ਦੇ ਟਾਈਮ ਵੀ ਕੁਝ ਹੋਇਆ ਕਿ ਹਾਂ ਮਤਲਬ ਉਹਨਾਂ ਨੇ ਵੀ ਕੁਝ ਕੀਤਾ ਪਰ ਪੂਰੀ ਤਰ੍ਹਾਂ ਆਪਾਂ ਕਹਿ ਸਕਦਾ ਵੀ ਬਰੀ ਨਹੀਂ ਹੋ ਸਕਿਆ ਆਪਾਂ ਉਹਦੇ ਵਿੱਚੋਂ ਉਹ ਪੂਰੀ ਤਰ੍ਹਾਂ ਨਹੀਂ ਹੋਇਆ ਪਰ ਇਹ ਜਿਹੜੀਆਂ ਗਲਤੀਆਂ ਜਿਹੜੀਆਂ ਹੁਣ ਕਰਜ਼ਾ ਚੜਿਆ ਇਹ ਤਾਂ ਸਾਡੀ ਜਿਹੜੀ ਸਟੇਟਾਂ ਦੀ ਜਿਹੜੀਆਂ ਗਵਰਨਮੈਂਟ ਆਫ ਸਟੇਟ ਗਵਰਨਮੈਂਟ ਉਹ ਦੀ ਰੈਕਲੈਸ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਨਾਂ ਕਰਕੇ ਹੋਇਆ ਇਹ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਜਿਵੇਂ ਕਿ ਹੁਣੀ ਹਮੀਰ ਜੀ ਨੇ ਗੱਲ ਕੀਤੀ ਫਰਜ ਕਰੋ ਜਿਹਦੇ 20 ਟੈਲੇ 12 ਲੱਗੇ ਹੋਏ ਨੇ ਜਾਂ ਜਿਹੜਾ 1 ਲੱਖ ਲੱਖ ਡੇਢ ਡੇ ਲੱਖ ਰੁਪਇਆ ਕਿੰਨਾ ਇੱਕ ਇੱਕ ਏਕੜ ਤੋਂ ਕਮਾਉਂਦਾ ਉਹਨੂੰ ਫਰੀ ਤੁਸੀਂ ਕਿਉਂ ਦਿਨੇਓ ਕਿੰਦਾ ਹਣਾ ਫੇਰ ਉਹ ਕਹਿੰਦੇ ਨੇ ਜ਼ਿੰਮੇਵਾਰ ਕਿ ਸਾਨੂੰ ਯਾਰ 24 ਆਵਰਸ ਬਿਜਲੀ ਦਿਓ ਪਰ ਸਾਹਤੋਂ ਬਿਲੀ ਦੇ ਬਿੱਲ ਆਉ ਲੁ ਜਮ ਆਲੂ ਵਾਲੇ ਨੇ ਜਿਹੜੇ ਦਵਾਬੇ ਵਾਲੇ ਨੂੰ ਕਹਿੰਦੇ ਯਾਰ ਸਾਨੂੰ ਤਾਂ ਲੇਬਰ ਮਹਿੰਗੀ ਪੈ ਜਾਂਦੀ ਹੈ ਜੇ ਬਿਲੀ ਚਲੀ ਜਾਂਦੀ ਹੈ ਸਾਡੀ ਲੇਬਰ ਵੇਲੀ ਬਠਰਦੀ ਹੈ ਜੇ ਅਸੀਂ 200 ਬੰਦਾ ਮਜ਼ਦੂਰ ਲਿਆਂਦਾ ਹੈ ਜੇ 4 ਘੰਟੇ ਬਿਲੀ ਨਹੀਂ ਆਈ ਸਾਨੂੰ ਤਾਂ ਉਨੇ ਮਹੰਗਾ ਪੈ ਜਾਂਦਾ ਉਹ ਇਹ ਸਾਨੂੰ ਬਿਲੀ ਦਿਓ ਇਸ ਕਰਕੇ ਰੈਸ਼ਨਲਾਈਜੇਸ਼ਨ ਕਰਨੀ ਗਰੀਬ ਜਿਹੜੇ ਕਿਸਾਨ ਨੇ ਛੋਟੇ ਕਿਸਾਨ ਨੇ ਇਹ ਮਤਲਬ ਆਪਾਂ ਮਾਰਜਨ ਖਾਣੇ ਵਾਲਿਆਂ ਮੋਟਰਾਂ ਵਾਲਿਆਂ ਤੋਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਅਸੀਂ ਰੈਸ਼ਨਲਾਈਜ਼ ਨਹੀਂ ਕੀਤਾ ਇਹ ਸਾਡੀਆਂ ਜਿਹੜੀਆਂ ਸਰਕਾਰਾਂ ਦੀ ਇੱਕ ਵੋਟ ਵਟੋਰਨ ਦੀ ਪਾਲਿਸੀ ਹੋ ਗਈ ਫਰਜ਼ ਕਰੋ ਵੀ ਇਹੜੀ ਨਵੀਂ ਸਰਕਾਰ ਹੁਣ ਕਹਿੰਦੀ ਹੈ ਕਿ 1000 ਰੁਪਿਆ ਹਰੇਕ ਔਰਤ ਨੂੰ ਦੇਣਾ ਹੈ 1 ਕਰੋੜ ਤੇ 0.2000 ਜਿਹੜੀ ਹੈਗੀ ਸਾਡੇ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਅਜੇ ਵੋਟਰ ਵੋਟਰ ਤੋਂ ਜ਼ਰੂਰਤ ਹੈ ਨਾ ਟੋਟਲ ਉਹ 18 ਸਾਲ ਤੋਂ 18 ਤੇ 58 ਤੋਂ 80 ਤੋਂ ਉੱਪਰ ਨੇ ਸਾਰੀਆਂ ਤੇ ਜੇ ਇੱਥੇ ਉਹਨਾਂ ਨੂੰ ਸਾਰੇ ਹੁੰਦੇ ਹੋਗੇ ਉਹਦੇ ਚ ਅਮੀਰ ਵੀ ਲੋਕ ਹੋਣਗੇ ਕਈਆਂ ਕਈਆਂ ਨੂੰ 2-2 ਲੱਖ ਰੁਪਏ ਤਨਖਾਹ ਵੀ ਮਿਲਦੀ ਹੈ 2.5-2 ਲੱਖ ਰੁਪਏ ਤਨਖਾਹ ਵੀ ਮਿਲਦੀ ਹੈ ਡਾਕਟਰ ਜਿਹੜੀਆਂ ਆਪਣਾ ਟੀਚਰ ਲੱਗੀਆਂ ਹੋਈਆਂ ਨੇ ਲੜਕੀਆਂ ਟੀਚਰ ਲੱਗੀਆਂ ਨੇ ਡਾਕਟਰ ਲੱਗੀਆਂ ਨੇ ਜਾਂ ਹੋਰ ਆਈਏ ਅਫਸਰ ਨੇ ਕੀ ਤੁਸੀਂ ਉਹਨਾਂ ਨੂੰ ਵੀ ਦਿਓਗੇ ਜਾਂ ਜਿਨ੍ਹਾਂ ਕੋਲੇ 100-100 ਏਕੜ ਜ਼ਮੀਨਾਂ 200-200 ਏਕੜ ਜ਼ਮੀਨਾਂ ਜਿਹੜੀਆਂ ਉਹਨਾਂ ਦੀਆਂ ਔਰਤਾਂ ਉਹਨਾਂ ਨੂੰ ਵੀ ਦਿਓਗੇ ਜਾਂ ਜਿਨ੍ਹਾਂ ਨੂੰ ਕੀ ਨੇ ਹੋਰ ਮਤਲਬ ਸਾਧਨ ਇੰਨੇ ਸਾਧਨ ਇਨਕਮ ਦੇ ਉਹਨਾਂ ਵੀ ਦੇਉਗੇ ਜਾਂ ਫਿਰ ਇਹਨੂੰ ਰੈਸ਼ਨਲਾਈਜ਼ ਕਰੋਗੇ ਕਿ ਜੀ ਆ ਆ ਲੋਕਾਂ ਨੂੰ ਲੋਡ ਹੈ ਆ ਵਰਗਾਂ ਨੂੰ ਲੋਡ ਹੈ ਅਸੀਂ ਇਹਨਾਂ ਔਰਤਾਂ ਨੂੰ ਦੇ ਰਹਾਂ ਇਹਨਾਂ ਦੇ ਅਸੀਂ ਹੋਮਰ ਫੂਡ ਡਵੈਲਪਮੈਂਟ ਵਾਸਤੇ ਜਦੋਂ ਬੋਰਡ ਦੀ ਰਾਜਨੀਤੀ ਪਾਜੀ ਉੱਚ ਤਾਂ ਫਿਰ ਇਹ ਹੁੰਦਾ ਕਿ ਸਭ ਨੂੰ ਦੇ ਦਿਓ ਹੋਇਆ ਕੀ ਹੈ ਦੀਪਕ ਜੀ ਸਭ ਤੋਂ ਵੱਡੀ ਜਿਹੜੀ ਸਾਰੇ ਦੇਸ਼ ਵਿੱਚ ਤੇ ਬਿਮਾਰੀ ਚੱਲ ਗਈ ਹੈ ਪਰ ਪੰਜਾਬ ਵਿੱਚ ਸ਼ੁਰੂ ਪਹਿਲਾਂ ਹੋਈ ਕਿ ਪਹਿਲਾਂ ਜਿਹੜਾ ਰਾਜਨੀਤਿਕ ਬੰਦਾ ਸੀਗਾ ਜਾਂ ਪੋਲਿਟੀਕਲ ਬੰਦੇ ਸੀਗੇ ਉਹ ਆਪਣੀ ਜੇਬ ਚੋਂ ਪੈਸੇ ਦੇ ਕੇ ਵੋਟਾਂ ਖਰੀਦਦਾ ਸੀ ਹੁਣ ਕੀ ਹੋਇਆ ਕਿ ਸਰਕਾਰੀ ਖਜ਼ਾਨਾ ਵੇਚਦਾ ਹੋ ਹਾਂ ਖਜ਼ਾਨੇ ਦੇ ਵੋਟਾਂ ਖਜ਼ਾਨੇ ਰਾਹੀਂ ਵੋਟਾਂ ਉਹ ਖਰੀਦਦਾ ਕਹਿੰਦਾ ਵੀ ਆ ਵੀ ਫਰੀ ਕਰ ਦੇਾਂਗੇ ਜੀ ਸਾਈਕਲ ਵੀ ਦੇਵਾਂਗੇ ਜੀ ਲੈਪਟਾਪ ਵੀ ਦੇਵਾਂਗੇ ਜੀ ਹੈ ਨਹੀਂ ਬੰਬੂ ਕਾਟ ਵੀ ਦੇਵਾਂਗੇ ਹਨਾ ਹੋਰ ਵੀ ਭਾਂਡੇ ਵੀ ਦੇਵਾਂਗੇ ਇਸ ਤਰ੍ਹਾਂ ਹਰੇਕ ਕਿਸਮ ਦੇ ਲਾਲਚ ਦੇ ਕੇ ਮਤਲਬ ਵੀ ਵੋਟਾਂ ਹੁਣ ਸਟੇਟ ਟ੍ਰੈਜਰੀ ਨੂੰ ਵਰਤੇ ਜਾਂਦਾ ਵੋਟਾਂ ਖਰੀਦਣ ਵਾਸਤੇ ਸਤਾ ਵਿੱਚ ਆਉਣ ਵਾਸਤੇ ਮੁੜ ਕੇ ਫਿਰ 5 ਸਾਲ ਕੋਈ ਨਹੀਂ ਪੁੱਛਦਾ ਕੇ ਨਾ ਅਗਲਾ ਕਹਿੰਦਾ ਵੀ ਜਿਵੇਂ ਇੱਕ ਮੰਤਰੀ ਨੂੰ ਕਿਸੇ ਨੇ ਪੁੱਛਿਆ ਕਿ ਫైనాన్స్ ਮਿਸਟਰ ਨੂੰ ਪੁੱਛਿਆ ਕਿਸੇ ਹੋਰ ਮੰਤਰੀ ਨੇ ਕਿ ਯਾਰ ਆਪਾਂ ਬਾਹਲੇ ਬਾਧੇ ਘਰ ਬੈਠੇ ਹੁਣ ਪੂਰੇ ਨਹੀਂ ਹੋ ਰਹੇ ਤੇ ਹੁਣ ਕਰੀਏ ਕੀ ਉਹ ਕਹਿੰਦਾ ਯਾਰ ਮੈਂ ਤਾਂ ਤਾਂ ਘਰ ਬੈਠਾ ਵੀ ਕੇਰਾਂ ਸਿੰਘ ਦੇ ਹੱਥ ਪਾਜੇ ਫਿਰ ਬਾਅਦ ਚ ਦੇਖੀ ਜਾਊਗੀ ਵੀ ਕਹਿੰਦਾ ਸੱਦਾ ਮਿਲਦੀ ਹੈ ਮਤਲਬ ਉਹਦਾ ਸਿੰਘਾ ਸਿੰਘਾਂ ਨੂੰ ਹੱਥ ਪੈਣ ਦਾ ਪ੍ਰਭਾਵ ਸੀ ਕਿ ਕੇਰਾਂ ਆਪਾਂ ਪਾਵਰ ਚ ਆ ਜਾਈਏ ਸੱਦਾ ਜਾ ਜਾਈਏ ਸੋ ਇਹ ਹਾਲ ਹੋ ਗਿਆ ਕੇਰਾਂ ਸੱਦਾ ਜਾ ਜਾਈਏ ਮੁੜ ਕੇ ਪੰਜਾਬ ਨੂੰ ਕੀ ਹੁੰਦਾ ਹੈ ਪੰਜਾਬ ਦੇ ਲੋਕਾਂ ਨੂੰ ਕੀ ਹੁੰਦਾ ਹੈ ਪੰਜਾਬ ਦੀ ਇਕਨੋਮੀ ਨੂੰ ਕੀ ਹੁੰਦਾ ਹੈ ਪੰਜਾਬ ਦੀ ਬਰਬਾਦੀ ਕਿਵੇਂ ਹੋ ਰਹੀ ਹੈ ਤੁਹਾਨੂੰ ਪਤਾ ਹੈ ਕਿ ਅਸੀਂ ਹੁਣ ਸਲੋਇਸਟ ਗਰੋਇੰਗ ਸਟੇਟ ਆ ਅਸੀਂ 15ਵੇਂ ਸੋਵੇਂ ਨੰਬਰ ਤੇ ਪਰ ਪਰ ਕੈਪੀਟਾ ਵਿੱਚ ਪਹੁੰਚ ਚੁੱਕੇ ਹਾਂ ਤੇ ਦੇਸ਼ ਜਿਹੜਾ ਨੰਬਰ 1 ਸਟੇਟ ਹੈ ਅਸੀਂ ਅਸੀਂ ਮਾਡਲ ਸੀਗੇ ਸਾਡਾ ਐਜੂਕੇਸ਼ਨ ਸਿਸਟਮ ਮਾਡਲ ਮਾਡਲ ਸੀਗਾ ਲੋਕ ਫਾਲੋ ਕਰਦੇ ਸਾਡਾ ਹੈਲਥ ਸਿਸਟਮ ਮਾਡਲ ਸੀਗਾ ਸਾਡੀ ਡਿਵੈਲਪਮੈਂਟ ਦਾ ਮਾਡਲ ਸੀਗਾ ਉਹ ਸੀ ਸਭ ਤੋਂ ਪਹਿਲੀ ਸਟੇਟ ਸੀ ਜਿਨੇ ਸਾਰੇ ਪਿੰਡਾਂ ਨੂੰ ਸੜਕਾਂ ਨਾਲ ਜੋੜਿਆ ਪੰਜਾਬ ਨੂੰ ਪਿੰਡ ਨੂੰ ਮੰਡੀ ਨਾਲ ਜੋੜਿਆ ਸਕੂਲਾਂ ਨਾਲ ਜੋੜਿਆ ਬੱਚੀਆਂ ਜਿਹੜੀਆਂ ਸਾਡੀਆਂ ਪੜ੍ਹਿਆ ਹੁਣ ਪੰਡਰੋ ਕੇ ਤੋੜਨ ਦੀ ਕੋਈ ਐਦਾ ਹਾਂ ਜੀ ਪਹਿਰ ਉਸ ਤੋਂ ਬਾਅਦ ਸਭ ਤੋਂ ਪਹਿਲੀ ਸਟੇਟ ਸੀ ਜਿਹਦੇ ਵਿੱਚ 100% ਇਲੈਕਟ੍ਰੀਫਿਕੇਸ਼ਨ 77 ਚ ਕੰਪਲੀਟ ਹੋ ਗਈ ਸੀ ਪੰਜਾਬ ਵਿੱਚ ਇੰਨੇ ਦੇਸ਼ ਚ ਹਲੇ ਤੱਕ ਨਹੀਂ ਹੋਈ ਹਾਂ ਬਹੁਤ ਸਾਰੇ ਰਾਜ ਹਲੇ ਕਰ ਰਹੇ ਨੇ ਯਤਨ ਕਿ ਅਸੀਂ ਪਿੰਡ-ਪਿੰਡ ਵੇਜ ਦੀ ਭਜਾ ਦੇ ਸੋ ਅਸੀਂ ਤਾਂ ਉਹ ਸਟੇਟਾਂ ਜਿਹੜੀ ਕਿ ਅੱਜ ਤੋ 45 40 45 ਸਾਰ ਨੰਬਰ ਪਹਿਲਾਂ ਨੰਬਰ 1 ਬਣ ਗਏ ਸੀਗੇ ਤੇ ਪਰ ਸਾਡੇ ਪੋਲੀਟੀਕਲ ਬੰਦਿਆਂ ਨੇ ਸਾਡੀ ਜਿਹੜੀ ਬਰਬਾਦੀ ਕੀਤੀ ਆ ਉਹਦੇ ਕਰਕੇ ਸਾਨੂੰ ਹੁਣ ਨਿਮੋਸ਼ੀ ਵੀ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਮੈਂ ਇਸ ਗੱਲ ਨੂੰ ਸਮਝਦੇ ਹੋਏ ਤੁਹਾਨੂੰ ਤੋਂ ਜਾਨਣਾ ਚਾਹੁੰਦਾ ਕਿ ਫਿਰ ਇਹਦਾ ਹੱਲ ਕੀ ਆ ਕਿਉਂਕਿ ਇਹ ਤਾਂ ਸਾਫ ਹੈ ਕਿ ਰਾਜਨੀਤਿਕ ਧਿਰਾਂ ਦੀ ਰਾਜਨੀਤਿਕ ਸੱਤਾ ਲਾਲਸਾ ਨੇ ਇਹ ਸਾਨੂੰ ਮਤਲਬ ਕਿ ਕਰਜ਼ਾਈ ਕੀਤਾ ਨਾ ਕਿ ਇਹ ਬਹਾਨੇ ਬਣਾ ਕੇ ਚੱਲਣਾ ਕਿ ਹੜਕੂਵਾਦੀ ਦੌਰ ਦਾ ਕਰਜ਼ਾ ਸੀ ਜਾਂ ਸਤਾ ਪੰਜਾਬ ਦੇ ਵਿਕਾਸ ਲਈ ਲਿਆ ਜੀ ਨਾ ਵਿਕਾਸ ਨਜ਼ਰ ਆਇਆ ਤੇ ਨਾ ਲੋਕਾਂ ਨੂੰ ਸਹੂਲਤ ਮਿਲੀ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਜਿਵੇਂ ਧਾਲੀਵਾਲ ਸਾਹਿਬ ਵੀ ਕਹਿ ਰਹੇ ਨੇ ਕਿ ਆਮਦਨ ਦੇ ਸਰੋਤ ਤਾਂ ਥੋੜੋ ਵਧਾਏ ਨਹੀਂ ਜਾ ਰਹੇ ਪਰ ਕਰਜ਼ਾ ਤੁਸੀਂ ਲਈ ਜਾਂਦੇ ਹੋ ਸੋ ਇਹਦੇ ਵਿੱਚੋਂ ਫਿਰ ਪੰਜਾਬ ਨੂੰ ਨਿਕਲਣ ਦਾ ਰਾਹ ਕੀ ਆ ਹੁਣ ਨਹੀਂ ਉਹਦਾ ਮੈਨੂੰ ਇਹ ਲੱਗਦਾ ਹੌਲੀ ਹੌਲੀ ਸਾਰੇ ਸਟੇਟਾਂ ਨੇ ਡੈਟ ტ੍ਰੈਪ ਚ ਫਸਣਾ ਕੱਲਾ ਪੰਜਾਬ ਨਹੀਂ ਹੈ ਹਾਂ ਔਰ ਜਿੰਨੇ ਵੀ ਜਾਣਗੇ ਕਿਉਂਕਿ ਸੈਂਟਰ ਨੇ ਸੈਂਟਰਲਾਈਜੇਸ਼ਨ ਇੰਨਾ ਕਰ ਲਿਆ ਦਿਨ ਪਰ ਦਿਨ ਦਿਨ ਪਰ ਦਿਨ ਕੱਲੀ ਇਕਨੋਮੀ ਖਲਾਅਚ ਨਹੀਂ ਬੰਦ ਸਕਦੀ ਜੀ ਤੁਸੀਂ ਦੇਖੋ ਕਿ ਜੇ ਸਾਡੇ ਰੂਲ ਆਫ ਲਾਏ ਹੈ ਜਿੱਤੇ ਮਰਜੀ ਪਰਚਾ ਦਰਜ ਕਰ ਦੋ ਜਿਹਨੂੰ ਮਰਜੀ ਛੱਡ ਦੋ ਜਿਹਨੂੰ ਮਰਜੀ ਨਾ ਫੜੋ ਉਹਨੇ ਇੱਕ ਮਾਹੌਲ ਕ੍ਰੀਏਟ ਕਰਤਾ ਕਿਉਂ ਨਹੀਂ ਸਾਡੇ ਬੱਚੇ ਇੱਥੇ ਰਹਿਣਾ ਚਾਹੁੰਦੇ ਕਿਉਂਕਿ ਕੋਈ ਰੂਲ ਆਫ ਲਾਏ ਨਹੀਂ ਹੈ ਮਿਲਟੈਂਸੀ ਦੇ ਦੌਰਾਨ ਵੀ ਕੀ ਕੀਤਾ ਕਿੰਨੇ ਝੂਠੇ ਮੁਕਾਬਲੇ ਚ ਫੜਲੇ ਕਿੰਨੇ ਜਿਹੜੇ ਬਿਲਕੁਲ ਹੀ ਮੂਵਮੈਂਟ ਨਾਲ ਨਹੀਂ ਸੀ ਉਹ ਵੀ ਬਚਾ ਕੇ ਮਾਰੇ ਦੇ ਬੰਦੇ ਨੇ ਅਸੀਂ ਕੋਈ ਜਾਂਚ ਕਰਾਈ ਅਸੀਂ ਕਿਸੇ ਨੂੰ ਦੋਸਤਿਆਂ ਨੂੰ ਸੰਜਾਵਾਂ ਦਵਾਈਆਂ ਕਿ ਆ ਚੀਜ਼ਾਂ ਇਸ ਲੈਵਲ ਤੇ ਔਰ ਫਿਰ ਉਸ ਦਰ ਦੇ ਦੌਰਾਨ ਇੱਕ ਗੱਲ ਹੋਰ ਆਈ ਪੰਜਾਬ ਨੇ ਕੰਟੀਨਿਊ ਜਦੋਂ ਬਰਨਾਲਾ ਮਿਨਿਸਟਰੀ ਟੁੱਟੀ ਐ ਉਸ ਤੋਂ ਬਾਅਦ 5 ਸਾਲ ਕੋਈ ਚੋਣ ਨਹੀਂ ਦੇਖੀ ਤੇ 5 ਸਾਲ ਬਿਊਰੋਕਰੇਟ ਕਾਜ ਰਿਹਾ ਹੂੰ ਔਰ ਸਾਡੀ ਬਿਊਰੋਕਰੇਸੀ ਨੇ ਵੀ ਜਿਸ ਲੈਵਲ ਤਾ ਫਿਰ ਖਾਨ ਖਟਣ ਦਾ ਸਿਸਟਮ ਸ਼ੁਰੂ ਕਰ ਲਿਆ ਮਤਲਬ ਕੋਈ ਖੇਤੀ ਨਹੀਂ ਸੀ ਜਿਹੜਾ ਉਸ ਲੈਵਲ ਤੇ ਪੰਜਾਬ ਨਾਲ ਉਹ 5 ਸਾਲ ਦਾ ਟਾਈਮ ਐਵਰ ਵੀ ਦੇਖੋ ਹੂੰ ਕਰਨ 92 ਤੱਕ ਜਦੋਂ ਸਰਬੰਦ ਸਿੰਘ ਮਿਨਿਸਟਰੀ ਨਹੀਂ ਆਈ ਤੇ ਉਹਦੇ ਵਿੱਚ ਕੀ ਹੋਇਆ ਸਾਰੇ ਦੇ ਸਾਰੇ ਮਾਹੌਲ ਦਾ ਔਰ ਇਸ ਸਮੇਂ ਦੇ ਦੌਰਾਨ ਫਿਰ ਹੂੰ ਸਾਡਾ ਰਿਵਰਸ ਗੇਅਰ ਲੱਗਿਆ ਇੱਕ ਰਿਵਰਸ ਕੀ ਲੱਗਿਆ ਕਿ ਜਿਹੜਾ ਐਨ ਆਰ ਆਈ ਜੀ ਇੱਥੇ ਪੈਸਾ ਇਨਵੈਸਟ ਕਰਦਾ ਸੀ ਆ ਕੇ ਉਹ ਪੈਸਾ ਵੀ ਸਾਡਾ ਡਰੇਨ ਉਲਟਾ ਹੋਣ ਲੱਗ ਗਿਆ ਫੀਸਾਂ ਦੇ ਰੂਪ ਚ ਜਾਣ ਲੱਗ ਗਿਆ ਫੀਸਾਂ ਦੇ ਰੂਪ ਚ ਫੀਸਾਂ ਦੇ ਰੂਪ ਚ ਉਹ ਪੈਸਾ ਉਹਨੂੰ ਰਿਟੇਨ ਕਿਵੇਂ ਕਰਨਾ ਹੈ ਇਹ ਓਵਰ ਆਲ ਸੋਸ਼ਲ ਤੇ ਪੋਲੀਟੀਕਲ ਮਾਹੌਲ ਬਦਲੇ ਬਿਨਾ ਇਹ ਸੰਭਵ ਨਹੀਂ ਹੈ ਭਗਵੰਤ ਮਾਨ ਨੇ ਵੀ ਇਹ ਕਿਹਾ ਸੀ ਮੈਂ ਵਾਪਸ ਲੈ ਕੇ ਆਉਂਗਾ ਆਪਣਾ ਇਹ ਆਏ ਨਹੀਂ ਆਉਣੇ ਰੁਜਗਾਰ ਕਿੱਥੇ ਆ ਤੁਹਾਡੇ ਕੋਲ ਰੈਗੂਲਰ ਬੰਦਿਆਂ ਲਈ ਇੱਕ ਮਾਹੌਲ ਕਿੱਥੇ ਹੈ ਉਥੇ ਬੰਦਾ ਕਿਉਂ ਜਾਂਦਾ ਹੈ ਅਗਲਾ ਕਹਿੰਦਾ ਬਿਨਾ ਮਤਲਬ ਤੁਹਾਡੀ ਕੋਈ ਟੰਗ ਡਾਉਂਦਾ ਆ ਕਿ ਰੋਜ਼ ਮੇਰੇ ਨਾ ਮਾਮਲਿਆਂ ਚ ਹਰ ਭਰਤੀ ਚੈਲੰਜ ਹੁੰਦੀ ਹੈ ਸਾਡੇ ਅਜਖਾਈ ਕੋਰਟ ਚ ਸਿਰੋ ਚੈਲੰਜ ਹੋ ਕੇ ਰੱਦ ਹੋ ਜਾਂਦੀ ਹੈ ਬੱਚੇ ਫਰੀ ਜਾਂਦੇ ਨੇ ਤੇ ਕਿੱਥੇ ਕੀ ਕਰਨਾ ਔਰ ਇਸੇ ਤਰੀਕੇ ਦੇ ਨਾਲ ਫਿਰ ਇੱਕ ਤਾਂ ਇਹ ਬਹੁਤ ਵੱਡਾ ਮੈਨੂੰ ਲੱਗਦਾ ਸਵਾਲ ਦੂਜਾ ਸਟੇਟਾਂ ਨੂੰ ਕੇਂਦਰ ਸਰਕਾਰ ਦੀ ਇਹ ਐਟੀਟਿਊਡ ਦੇ ਖਿਲਾਫ ਲੰਮੇ ਸਮੇਂ ਤੋਂ ਜਿਹੜੀ ਸੈਂਟਰਲਾਈਜੇਸ਼ਨ ਹੋ ਰਹੀ ਹੈ ਉਹਦੇ ਖਿਲਾਫ ਫਾਈਟ ਕਰਨੀ ਪਊ ਔਰ ਉਹ ਫਾਈਟ ਕਰਕੇ ਆਪਣੇ ਢੰਗ ਨਾਲ ਆਪਣੇ ਸਾਧਨਾਂ ਦੀ ਵਿਉਤਬੰਦੀ ਕਰਨ ਦਾ ਜਿਹੜਾ ਇੱਕ ਰਾਹ ਤਲਾਸਣਾ ਪਏਗਾ ਨਤੀਜਾ ਇਹ ਹੈ ਕਿ ਡੀਸੈਂਟਰਲਾਈਜੇਸ਼ਨ ਆਫ ਪਾਵਰ ਸਾਡੀ ਸਟੇਟ ਵੀ ਜਿਹੜੀ ਹੈ ਉਹ ਕਹਿੰਦੇ ਨੇ ਚੰਡੀਗੜ੍ਹ ਤਾਂ ਤਾਕਤ ਸਾਡੇ ਕੋਲ ਰਹਿ ਹੈਠਾ ਨਹੀਂ ਦੇਣੀ ਕਿਉਂ ਨਹੀਂ 73ਵੀਂ ਸੋਧ ਮੁਤਾਬਕ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸਭਾਵਾਂ ਤੇ ਗ੍ਰਾਮ ਸਭਾਵਾਂ ਨੂੰ ਤੁਸੀਂ ਹੱਕ ਦਿੰਦੇ ਕਿਉਂ ਪਿੰਡ ਬਾਡ ਸਭਾਵਾਂ ਨੂੰ ਹੱਕ ਨਹੀਂ ਸ਼ਹਿਰਾਂ ਦੇ ਵਿੱਚ ਦਿੰਦੇ ਕਿਉਂ ਲੋਕਲ ਬਾਡੀ ਨੂੰ ਉਹ ਟਰਾਂਸਫਰ ਨਹੀਂ ਕਰਦੇ ਉਹਨਾਂ ਦੇ ਰਾਈਟ ਜਿਹੜੇ ਨੇ ਹੱਕ ਨੇ ਉਸ ਲੈਵਲ ਦੇ ਉੱਤੇ ਉਹ ਜਿਹੜੀ ਪੋਲੀਟੀਕਲ ਬਿਲ ਐ ਕਿ ਟਰਾਂਸਫਰਮੇਸ਼ਨ ਦੀ ਪਾਵਰ ਜਦੀ ਉਦੋਂ ਤੋਂ ਬਿਨਾ ਕਿਵੇਂ ਸੰਭਵ ਹੋ ਫਿਰ ਲੋਕਾਂ ਦੀ ਜਾਗਰੂਕਤਾ ਦਾ ਕੁਐਸਚਨ ਹੈ ਕਿ ਲੋਕ ਜਾਗਰੂਕ ਹੋਣਗੇ ਉਹਦੇ ਲਈ ਲੜਾਈ ਲੜਨਗੇ ਇੱਕ ਜੁੱਟ ਹੋ ਕੇ ਉਸ ਪਦਰ ਦੇ ਉੱਤੇ ਸਿਆਸਤਦਾਨ ਨੂੰ ਜਿੰਨਾ ਚਿਰ ਜਵਾਬਦੇਹ ਨਹੀਂ ਬਣਾਇਆ ਜਾਂਦਾ ਔਰ ਜਿੰਨਾ ਚਿਰ ਬਿਊਰੋਕਰੇਟ ਨੂੰ ਵੀ ਜਵਾਬਦੇਹ ਨਹੀਂ ਬਣਾਇਆ ਜਾਂਦਾ ਜਵਾਬਦੇਹ ਬਣੂਗਾ ਕਿਵੇਂ ਜਵਾਬ ਦੇ ਜੇ ਉਹ ਤਾਕਤ ਟਰਾਂਸਫਰ ਹੋਏਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਉਹ ਪੰਚਾਇਤੀ ਰਾਜ ਸਾਡੇ ਨਾਲੋਂ ਪਾਕਿਸਤਾਨ ਨੇ ਕਈ ਤਾਂ ਜਾ ਕੇ ਆ ਤੇ ਮੈਂ ਤਾਂ ਇਹ ਵੀ ਗਏ ਸੀ ਮੇਅਰ ਉਹਨਾਂ ਦਾ ਬੜਾ ਪਾਵਰਫੁਲ ਹੈ ਬੜਾ ਪਾਵਰਫੁਲ ਹੈ ਮਤਲਬ ਲੁਹਾਰ ਦਾ ਮੇਅਰ ਐਸਐਸਪੀ ਤੇ ਡੀਸੀ ਦੀ ਏਸੀਆਰ ਲਿਖਦਾ ਤੇ ਵੱਖ-ਵੱਖ ਤਮਾਤੇ ਕਿਤੇ ਵੀ ਐਸੀ ਅਮਰੀਕਾ ਨੂੰ ਕਹਿੰਦੇ ਆ ਨਿਊਯਾਰਕ ਚ ਮੇਅਰ ਬੈਠ ਜਾ ਚਾਹੇ ਪ੍ਰੈਜ਼ੀਡੈਂਟ ਆਫ ਅਮਰੀਕਾ ਅਜੇ ਕੁਰਸੀ ਮੇਅਰ ਦੀ ਵਿਚਾਲੇ ਹੋਏਗੀ ਗੈਸਟ ਕੰਟਰੋਲ ਐਕਟ ਹੈ ਉੱਥੇ ਜੀ ਤੁਸੀਂ ਭਾਂਦੀ ਆਪਣਾ ਪ੍ਰਧਾਨ ਮੰਤਰੀਓ ਪਰ ਜੇ ਗੈਸਟ ਕੰਟਰੋਲ ਤੁਹਾਨੂੰ ਫੰਡ ਆ ਗਏ ਤਾਂ ਕੀ ਉੱਦ ਗੈਸਟ ਬਾਰ ਕਰਨੇ ਪੈਂਦੇ ਨੇ ਉੱਥੇ ਐ ਦੋ ਐ ਦੋ ਜ਼ਿਆਦਾ ਤੁਸੀਂ ਵਿਆਹ ਸ਼ਾਦੀਆਂ ਦੇ ਜਿਹੜੇ ਵਿਆਹ ਸ਼ਾਦੀਆਂ ਤੇ ਹਾਂ ਵੀ ਐਦੋਂ ਵੱਧ ਤੁਸੀਂ ਬੰਦੇ ਨਹੀਂ ਬੁਲਾ ਸਕਦੇ ਅੱਛਾ ਫਿਰ ਮੀਨੋ ਬਣਦਾ ਕਿ ਤੁਹਾਡਾ ਮੀਨਾ ਇਹ ਅਪਰੂਵਡ ਹੈ ਤੁਸੀਂ ਬੇਸ ਨਹੀਂ ਕਰ ਸਕਦੇ ਹਾਂ ਹਾਂ ਨਾ ਸੋ ਸਿਸਟਮ ਅੜੇ ਹੋਏ ਨੇ ਇਸ ਲਈ ਸਾਡੇ ਵੀ ਸਾਡੇ ਇਹਨਾਂ ਗੱਲਾਂ ਤੇ ਤਾਂ ਸਾਡੇ ਕੋਈ ਚਰਚਾ ਹੀ ਨਹੀਂ ਹੋ ਰਹੀ ਸਿਸਟਮ ਛੱਡੋ ਇਹਨਾਂ ਗੱਲਾਂ ਨੂੰ ਕੋਈ ਬੈਠ ਕੇ ਕਦੇ ਦੇਖਿਆ ਕਿ ਕਿਸੇ ਮੰਤਰੀ ਜਾਂ ਤਾਂ ਮੰਤਰੀ ਦਾ ਬਿਆਨ ਹੁੰਦਾ ਸਭ ਠੀਕ ਕਰ ਦਾਂਗੇ ਜਾਂ ਹੁੰਦਾ ਸਾਡਾ ਵੱਧ ਗਿਆ ਜਾਂ ਘਟ ਗਿਆ ਪੰਜਾਬ ਦੇ ਇੰਟੈਲੈਕਚੁਅਲ ਜੋ ਇਕਨੋਮਿਕਸ ਵਾਲੇ ਹੋਰ ਬਥੇਰੇ ਲੋਕ ਨੇ ਇੱਥੇ ਜਿਹੜੇ ਇੰਟੈਲੈਕਚੁਅਲ ਨੇ ਕਦੇ ਦੇਖਿਆ ਤੁਸੀਂ ਕਦੇ 2 ਦਿਨ ਦੀ ਕੋਈ ਕਾਨਫਰੰਸ ਹੋਈ ਹੋਵੇ ਕਦੇ ਉਹਨਾਂ ਨਾਲ ਗੱਲ ਹੋਈ ਹੋਵੇ ਰੈਵਨਿਊ ਜਨਰੇਸ਼ਨ ਕਿਵੇਂ ਕਰਨੀ ਆ ਕਿਵੇਂ ਨਹੀਂ ਆ ਇਹ ਕਦੇ ਇੱਧਰ ਨੂੰ ਅਸੀਂ ਤੁਰੇ ਨਹੀਂ ਰਹੇ ਹੈ ਭਾਜੀ ਉਮੀਦ ਕਿ ਸਰਕਾਰਾਂ ਤੁਰਣਗੀਆਂ ਇਦਾਂ ਨਿਰੰਤਰਿਕ ਤਰ੍ਹਾਂ ਤੁਰਣਗੀਆਂ ਕੋਈ ਸੁਭਾਵਨਾ ਨਹੀਂ ਲੱਗ ਰਹੀ ਹਾਲਾਂਕਿ ਸਥਿਤੀ ਦਾ ਸਮਗਾ ਦਿਨ ਤੋਂ ਦਿਨੇ ਦਨ ਜਿਹੜੀ ਖਰਾਬ ਹੁੰਦੀ ਜਾ ਰਹੀ ਹੈ ਸਰਕਾਰ ਦਾ ਮੇਰਾ ਖਿਆਲ ਕੋਈ ਇਹਨਾਂ ਵੱਲ ਕੋਈ ਧਿਆਨ ਵੀ ਨਹੀਂ ਨਾ ਗੱਲਾਂ ਵਾਲਾ ਅਗਲਾ ਕਹਿੰਦਾ ਯਾਰ 5 ਸਾਲ ਸੱਤਾ ਜਾ ਕੇ ਬਾਅਦ ਦੇਖੀ ਜਾਊਗੀ ਹੋਰਸਟਨ ਦੀ ਗੱਲ ਹੈਗੀ ਹੈ ਤੇ ਜਿਵੇਂ ਕਿ ਹਮੀਰ ਸਿੰਘ ਨੇ ਸਾਰੀਆਂ ਗੱਲਾਂ ਹੁਣ ਤੁਹਾਨੂੰ ਦੱਸੀਆਂ ਹੀ ਹੈਗੀਆਂ ਕਿ ਕੋਈ ਇਸ ਤਰ੍ਹਾਂ ਨਾਲ ਬਲ ਧਿਆਨ ਨਹੀਂ ਜੀਐਸਟੀ ਤੇ ਅਸੀਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ ਹੂੰ ਅਸੀਂ ਅਡੇ ਰਹੇ ਪਹਿਲਾਂ ਪੰਜਾਬ ਬਹੁਤ ਦੇ ਰੜਿਆ ਰਿਹਾ ਪਹਿਲਾਂ ਅਸੀਂ ਕਹਿੰਦੇ ਮੰਗਦੇ ਰਹੇ ਕਿ ਯਾਰ ਸਾਡੇ ਜਿਹੜੇ ਫੂਡ ਟੈਕਸ ਜਿਹਨੇ ਅਸੀਂ ਦੇ ਲਾਉਣੇ ਆ ਉਹ ਪ੍ਰੋਡਕਟ ਕਿਤੇ ਜਾਣੋਂ ਦੇ ਬਗਾਰਾ ਮੈਂਸ਼ਨ ਕੀਤਾ ਜਾਵੇ ਜੀਐਸਟੀ ਵਿੱਚ ਬਾਅਦ ਵਿੱਚ ਉਹਨਾਂ ਨੇ ਕੇਂਦਰ ਨੇ ਇਹਨਾਂ ਨੂੰ ਇਹ ਜਾ ਭੋਇਆ ਮੁਰਗੀ ਕਹਿੰਦਾ ਮਤਲਬ ਕਹਿੰਦਾ ਇਹ ਸਾਰੇ ਸੰਡਰੀ ਕਰ ਗਏ ਤੇ ਉੱਥੇ ਬੋਰ ਲਾਏ ਹੁਣ ਇਹ ਕਹਿੰਦੇ ਸਾਡਾ ਆਰਡੀਐਫ ਨਹੀਂ ਆ ਰਿਹਾ ਜੀ ਸਾਡਾ ਜੀ ਵੈਟ ਨਹੀਂ ਆ ਰਿਹਾ ਜੀ ਸਾਨੂੰ ਫਲਾਣਾ ਤੁੰ ਕਰੀ ਮਿਲ ਰਿਹਾ ਹੁਣ ਦੂਜੇ ਪਾਸੇ ਕੀ ਕਹਿੰਦੇ ਬਈ ਤੁਸੀਂ ਤੁਹਾਨੂੰ ਪੰਜਾਬ ਇੱਕ ਅਜਿਹੀ ਸਟੇਟ ਸੀ ਜਿਹਨੇ ਫੈਡਰਲਿੰਗ ਦੀ ਲਹਿਰ ਚਲਾਈ ਦੇਸ਼ ਦੇ ਜਿਹੜਾ ਸਟੇਟਾਂ ਨੂੰ ਮਜਬੂਰ ਕਰਨ ਦੀ ਲਹਿਰ ਚਲਾਈ ਉਹੀ ਸਟੇਟ ਸੰਡਰ ਕਰ ਗਈ ਉਹੀ ਸਾਰੀਆਂ ਗੱਲਾਂ ਤੇ ਕਹਿੰਦਾ ਉਥੇ ਜਾ ਕੇ ਸੈਂਟਰ ਦੇ ਮੋਹਰ ਲਾਏ ਬਿਲਕੁਲ ਇਹ ਵੱਡਾ ਸਵਾਲ ਪੰਜਾਬ ਮੂਰੇ ਚੁਣੌਤੀ ਬਣ ਕੇ ਖੜਾ ਕਿ ਸਵਾਲ ਰਾਜਨੀਤਿਕ ਪਾਰਟੀਆਂ ਦਾ ਨਹੀਂ ਸਵਾਲ ਰਾਜਨੀਤਿਕ ਧਿਰਾਂ ਦਾ ਹੈ ਤੇ ਸਵਾਲ ਉਹਨਾਂ ਨੂੰ ਜਵਾਬਦੇਹ ਬਣਾਉਣ ਦਾ ਵੀ ਹੈ ਤੇ ਸਵਾਲ ਨਾਲ ਇਹਨਾਂ ਪ੍ਰਸ਼ਾਸਨਿਕ ਜਵਾਬਦੇਹ ਬਣਾਉਣ ਨੂੰ ਕਿਉਂਕਿ ਤਾਜ਼ੇ ਪਹਿਲੂ ਚਰਚਾ 'ਚ ਨੇ ਕਿ ਸੇਬਾਂ ਦੀ ਗੱਡੀ ਲੁੱਟ ਲਈ ਜੀ ਪੰਜਾਬੀਆਂ ਨੇ ਇਹ ਕਿਹੜਾ ਕੈਰੇਕਟਰ ਆ ਕਹਿੰਦੇ ਅਜਿਹੇ ਪੰਜਾਬੀ ਨਹੀਂ ਹੁੰਦੇ ਪਰ ਆ ਹਾਲ ਹੀ ਚ ਤਾਜ਼ਾ ਰਿਪੋਰਟ ਸਾਹਮਣੇ ਆਉਂਦੀ ਆ ਕਿ ਸਾਡੇ ਵਿੱਤ ਵਿਭਾਗ ਦੇ ਅੰਦਰ ਬਿਆਜ ਕੱਢੀ ਜਾਂਦੇ ਨੇ ਇਹ ਵਿੱਤ ਮੰਤਰੀ ਸਾਹਿਬ ਦੱਸ ਰਹੇ ਨੇ ਇਸੇ ਤਰ੍ਹਾਂ ਪਿਛਲੇ 16 ਸਾਲਾਂ ਤੋਂ ਪੰਜਾਬ ਦੇ ਸਮਾਜ ਭਲਾਈ ਬਾਲ ਵਿਕਾਸ ਵਿਭਾਗ ਦੇ ਅੰਦਰ ਕਹਿੰਦੇ 57 ਮੁਲਾਜ਼ਮ ਅਜੇ ਫੜੇ ਗਏ ਜਿਹੜੇ ਜੀ ਕਹਿੰਦੇ ਸੀ ਗ੍ਰੇਡ ਦੇ ਸੀ 20 ਗ੍ਰੇਡ ਦੀ ਤਨਖਾਹ ਲਈ ਜਾਂਦੇ ਨੇ ਫਾਈ ਫਿਰ ਇਹ ਵੀ ਕਿਹੜਾ ਪੰਜਾਬ ਹੈ ਇਸੇ ਤਰ੍ਹਾਂ ਪੰਜਾਬ ਦੀ ਲੀਡਰਸ਼ਿਪ ਦੇ ਉੱਤੇ ਵੀ ਇੱਕ ਸਵਾਲੀਆ ਚਿੰਨ੍ਹ ਖੜਾ ਕਿ ਪਾਈ ਪੰਜਾਬ ਨੂੰ ਕਰਜ਼ੇ ਚ ਡ ਤੁਸੀਂ ਤੁਹਾਡੀਆਂ ਗੁੱਝੀਆਂ ਚਾਲਾਂ ਤੇ ਤੁਹਾਡੀਆਂ ਸ਼ਰਾਰਤਾਂ ਤੇ ਤੁਹਾਡੀ ਸਿਰਫ ਸੱਤਾ ਮੰਨਣ ਦੀ ਇੱਛਾ ਸ਼ਕਤੀ ਇੱਕ ਕਾਰਨ ਬਣੀਆ ਉਸ ਨੂੰ ਲੈ ਕੇ ਅਸੀਂ ਗੰਭੀਰ ਚਰਚਾ ਕਰੀਆ ਅਜਿਹੀ ਚਰਚਾ ਲੈ ਕੇ ਅਸੀਂ ਪੰਜਾਬ ਟੀਵੀ ਤੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਬੇਕਦਰੋ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਬਹੁਤ ਸ਼ੁਕਰੀਆ